ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਵੀਰ ਜੀ, ਆਪਾਂ ਦੀਨਾਨਗਰ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਜੀ, ਗੁਰਦਾਸਪੁਰ ਜ਼ਿਲ੍ਹਾ ਜੀ ਸਾਡਾ। ਆਪਾਂ ਛੋਟੀ ਜਿਹੀ ਐਨ ਜੀ ਓ ਚਲਾਉਂਦੇ ਹਾਂ, ਜਿੰਨੀ ਕਿ ਸਾਡੀ ਹੈਲਪ ਕਰਦੇ ਆ ਸਾਰੇ ਵੀਰ, ਬਲੱਡ ਰਿਲੇਟਡ ਛੋਟਾ ਜਿੰਨਾ ਵੀ ਸਾਡੇ ਕੋਲ ਸੇਵਾ ਵੀ ਆਪਾਂ ਕਰਦੇ ਹਾਂ। ਅਤੇ ਸਾਡੇ 6 ਕਿਲੋਮੀਟਰ ਚੌਥਾ ਪਿੰਡ ਪੈਂਦਾ ਜੀ, ਉੱਥੋਂ ਸਾਨੂੰ ਸਰਪੰਚ ਸਾਹਿਬ ਦੀ ਕੋਲ ਆਈ ਕਿ ਆ ਤੁਸੀਂ ਲੇਡੀਜ਼ ਦਾ ਕੈਂਪ ਮਾਰੇ ਭਾਅ ਜੀ। ਆਹ ਲੇਡੀਜ਼ ਆ ਅਤੇ ਨਾਲ ਇੱਕ ਛੋਟਾ ਬੱਚਾ ਆ ਅਤੇ ਇੱਕ ਆ ਬੱਚਾ ਹੈ। ਦੋਵੇਂ ਬੱਚੇ ਆ ਅਤੇ ਇਹ ਲੇਡੀਜ਼ ਆ ਨਾਲ, ਅਤੇ ਇਹਨਾਂ ਸਰਪੰਚ ਸਾਹਿਬ ਵੀ ਸਾਨੂੰ ਕੋਲ ਆਈ ਵੀ ਇਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ। ਅਤੇ ਚਲੋ ਆਪਾਂ ਗਏ ਅਤੇ ਜਾ ਕੇ ਮੌਕੇ 'ਤੇ ਵੇਖਿਆ, ਆਪਾਂ ਭੈਣ ਨੂੰ ਪੁੱਛਿਆ, ਪਰ ਇਹਦੀ ਕੋਈ ਸਮਝ ਨਹੀਂ ਆਈ ਸਾਨੂੰ ਗੱਲ ਦੀ, ਕੋਈ ਵੀ ਗੱਲ ਦੀ ਸਮਝ ਨਹੀਂ ਆਈ। ਅਤੇ ਇਹਨਾਂ ਨੇ ਜੋ ਵੀ ਸਾਨੂੰ ਕਿਹਾ ਵੀ ਬਾਅਦ 'ਚ ਆਪਾਂ ਚਲੋ ਇਹਨੂੰ ਰਿਸੀਵ ਕੀਤਾ ਨਾਲ ਲੈ ਲਿਆ, ਅਤੇ ਜਿੱਦਣ ਨੂੰ ਇਸ਼ਾਰਾ ਕਰਦੇ ਵੀ ਸਾਨੂੰ ਇੱਥੇ ਲੈ ਚੱਲ ਇੱਥੇ ਲੈ ਚੱਲ, ਆਪਾਂ ਸਾਰੀ ਥਾਂ ਗਏ ਹਾਂ ਪਰ ਇਹਦਾ ਕੋਈ ਵੀ ਟਿਕਾਣਾ ਨਹੀਂ ਲੱਭਾ। ਜਿੰਨੇ ਵੀ ਪ੍ਰਵਾਸੀ ਜਿਹੜੇ ਮਜ਼ਦੂਰ ਆ ਉਹ ਸਾਰਿਆਂ ਦੀਆਂ ਝੁੱਗੀਆਂ 'ਚ ਗਏ ਆ, ਇਹਦੇ ਬਾਰੇ ਪ੍ਰਚਾਰ ਕੀਤਾ ਅਤੇ ਕਿਤੇ ਵੀ ਸਾਨੂੰ ਪਤਾ ਨਹੀਂ ਲੱਗਾ ਜੀ। ਅਤੇ ਫਿਰ ਆਪਾਂ ਦੀਨਾਨਗਰ ਆਪਣੇ ਥਾਣੇ ਦੇ ਵਿੱਚ ਆ ਕੇ ਕੰਪਲੇਂਟ ਲਿਖਾਈ ਅਤੇ ਉਹ ਕਹਿੰਦੇ ਵੀ ਚਲੋ ਅੱਜ ਦੀ ਰਾਤ ਤੁਸੀਂ ਕਟਾਓ ਅਤੇ ਫਿਰ ਦੇਖਦੇ ਹਾਂ। ਫਿਰ ਆਪਾਂ ਸਿੰਘਵਾਲ ਹੋਸਪਿਟਲ ਆ ਗਈ ਸਰਕਾਰੀ, ਰਾਤ ਭੈਣ ਨੂੰ ਉੱਥੇ ਰੱਖਿਆ, ਇਸ ਟਾਈਮ ਵੀ ਆਪਾਂ ਉਹਦੇ ਭੈਣ ਦੇ ਕੋਲ ਹਾਂ, ਰੋਟੀ ਪਾਣੀ ਦਿੱਤਾ, ਪਰ ਹਜੇ ਤੱਕ ਵੀ ਭੈਣ ਨੂੰ ਕੁਛ ਸਮਝ ਨਹੀਂ ਲੱਗ ਰਹੀ ਕਿ ਉਹ ਕਿੱਥੋਂ ਦੀ ਹੈ ਕਿੱਥੋਂ ਦੀ ਨਹੀਂ, ਸਹੀ ਐਡਰੈਸ ਨਹੀਂ ਦੇ ਪਾ ਰਹੀ। ਅਤੇ ਰਿਕੁਐਸਟ ਆ ਸਾਰੇ ਵੀਰਾਂ ਅੱਗੇ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਭੈਣ ਬਾਰੇ ਪਤਾ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਸ ਟਾਈਮ ਆਪਾਂ ਦੀਨਾਨਗਰ ਸਿਵਲ ਹੋਸਪਿਟਲ ਸਿੰਘੋਵਾਲ ਸਰਕਾਰੀ ਹੋਸਪਿਟਲ ਆ ਜੀ, ਹੈ ਨਾਨੋ ਨਗਰ ਰੋਡ 'ਤੇ ਹੋਸਪਿਟਲ ਆ ਜੀ। ਇਹ ਦੇਖੋ ਤੁਸੀਂ ਧਿਆਨ ਨਾਲ ਝਾਂਤੀ ਮਾਰੋ, ਇਹ ਨਾਨੋ ਨਗਰ ਰੋਡ 'ਤੇ ਹੋਸਪਿਟਲ ਆ ਜੀ, ਅਤੇ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ ਹੈ। ਅਤੇ ਇਹ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿਚਕਾਰ ਦੀਨਾਨਗਰ ਸ਼ਹਿਰ ਪੈਂਦਾ, ਅਤੇ ਇਹ ਉੱਥੋਂ ਦਾ ਹੋਸਪਿਟਲ ਆ ਜੀ, ਸਰਕਾਰੀ ਹੋਸਪਿਟਲ। ਆਪਾਂ ਨੂੰ ਵੀਰ ਜੀ ਕੱਲ੍ਹ ਕਾਲ ਆਈ ਸੀ, ਦੀਨਾਨਗਰ ਦੇ 6 ਕਿਲੋਮੀਟਰ ਦੂਰ ਪਿੰਡ ਪੈਂਦਾ ਚੌਂਤਾ, ਉੱਥੋਂ ਕਾਲ ਆਈ ਸੀ ਕਿ ਇਹ ਭੈਣ ਆ ਜਿਹੜੇ, ਇਹ ਦੇਖੋ ਤੁਸੀਂ, ਇਹ ਭੈਣ ਆ ਅਤੇ ਇਹ ਦੋ ਬੱਚੇ ਆ ਉਹਦੇ, ਇੱਕ ਇਹ ਬੱਚਾ ਕਰੀਬ 4-4.5 ਸਾਲ ਦਾ ਹੋਣਾ ਜੀ, ਅਤੇ ਇਹ ਬੱਚਾ ਤੁਸੀਂ ਆਪ ਹੀ ਗੈਸ ਕਰ ਸਕਦੇ ਹੋ ਕਿ ਤਕਰੀਬਨ 6 ਮਹੀਨੇ ਦਾ ਹੋਏਗਾ। ਇਹ ਭੈਣ ਜਿਹੜੀ ਆ ਸਾਨੂੰ ਕਾਲ ਆਈ ਵੀ ਇੱਦਾਂ ਇੱਦਾਂ ਲੇਡੀਜ਼ ਆ ਉੱਥੇ ਕਾਫੀ ਮਾੜੀ ਕੰਡੀਸ਼ਨ 'ਚ ਉੱਥੇ ਬੈਠੇ ਹੋਏ ਆ, ਅਤੇ ਚਲੋ ਆਪਾਂ ਗਏ ਹਾਂ ਜਾ ਕੇ ਦੇਖਿਆ ਤਾਂ ਕਾਫੀ ਭੈਣ ਦੀ ਜਿਹੜੀ ਕੰਡੀਸ਼ਨ ਮਾੜੀ ਸੀ, ਇਸ ਕਰਕੇ ਨਾ ਆਪਾਂ ਭੈਣ ਨੂੰ ਲੈ ਕੇ ਆਏ ਹਾਂ, ਅਤੇ ਥਾਣੇ ਵੀ ਇਤਲਾਹ ਦਿੱਤੀ, ਅਤੇ ਸਾਡੇ ਕੋਈ ਰਹਿਣ ਨੂੰ ਜਗ੍ਹਾ ਤਾਂ ਨਹੀਂ ਸੀ, ਫਿਰ ਵੀ ਆਪਾਂ ਸਿਵਲ ਹੋਸਪਿਟਲ ਸਿੰਘੋਵਾਲ ਉੱਥੇ ਗੱਲ ਕੀਤੀ, ਅਤੇ ਉਹਨਾਂ ਨੇ ਇੱਕ ਰਾਤ ਲਈ ਸਾਨੂੰ ਭੈਣ ਲਈ ਇੱਕ ਵਾਰਡ ਕਮਰਾ ਦੇ ਦਿੱਤਾ। ਅਤੇ ਆਪਾਂ ਜਦੋਂ ਭੈਣ ਨੂੰ ਪੁੱਛਿਆ ਵੀ ਤੂੰ ਕਿੱਥੋਂ ਆਈ ਹੈ ਕਿੱਥੇ ਜਾਣਾ, ਸਰ ਭੈਣ ਪਠਾਨਕੋਟ ਵਾਲੀ ਸਾਈਡ ਬੋਲੀ ਜਾਂਦੀ, ਅਤੇ ਆਪਾਂ ਸਾਰਾ ਪਠਾਨਕੋਟ ਤਕਰੀਬਨ ਝੁੱਗੀਆਂ ਜਿਹੜੀਆਂ ਸਾਰੀਆਂ ਫੇਰ ਆਏ ਸੀ, ਅਤੇ ਸਾਨੂੰ ਭੈਣ ਦਾ ਐਡਰੈਸ ਨਹੀਂ ਪਤਾ ਚੱਲਿਆ, ਅਤੇ ਨਾ ਹੀ ਭੈਣ ਦੀ ਕੋਈ ਆਵਾਜ਼ ਸਮਝ ਪਤਾ ਲੱਗਦੀ ਹੈ ਬੋਲੀ, ਠੀਕ ਹੈ ਜੀ। ਅਤੇ ਆਹ ਛੋਟਾ ਜਿਹਾ ਮਾਸੂਮ ਬੱਚੇ ਆ, ਨਾ ਹੀ ਇਹਨਾਂ ਨੂੰ ਕੁਛ ਪਤਾ, ਤੁਸੀਂ ਦੇਖ ਰਹੇ ਹੋ, ਠੀਕ ਹੈ ਜੀ। ਅਤੇ ਭਾਅ ਜੀ, ਵੀਰ ਜੀ, ਕੋਤਰਾ ਬੋਲ ਰਹੀ, ਸਾਨੂੰ ਤਾਂ ਸਮਝ ਨਹੀਂ ਆਉਂਦੀ, ਪੰਜਾਬੀ ਲੈਂਗੁਏਜ ਸਮਝ ਵੀ ਲੈਂਦੀ ਆ, ਹਿੰਦੀ ਵੀ ਸਮਝ ਲੈਂਦੀ ਆ, ਪਰ ਬੋਲ ਰਹੀ ਆ ਜੋ ਸਾਨੂੰ ਸਮਝ ਨਹੀਂ ਆਉਂਦੀ, ਕੋਤਰਾ ਹੈ ਕਿੱਥੇ ਆ, ਕਿਹੜੀ ਜਗ੍ਹਾ 'ਤੇ ਆ। ਇਹ ਜਿਹੜੇ ਭੈਣ ਦੀ ਵਿਰਾਸਤ ਆ, ਜਿਹੜੇ ਆ ਕੱਪੜੇ ਆ ਦੇਖੋ, ਆਪਾਂ ਚਲੋ ਖੋਲ੍ਹ ਕੇ ਸੁੱਕਣੇ ਪਾਏ ਆ, ਅਤੇ ਰਿਕੁਐਸਟ ਵੀ ਆ ਜਿਹੜਾ ਸਿਵਲ ਹੋਸਪਿਟਲ ਆ ਸਿੰਘੋਵਾਲ ਨਾਨਾ ਨੰਗਰ ਰੋਡ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਾਡੀ ਮਨੁੱਖਤਾ ਦੀ ਸੇਵਾ ਜਿਹੜੀ ਸੁਸਾਇਟੀ ਆਪਣੇ ਲੁਧਿਆਣੇ, ਸਾਡਾ ਵੱਡਾ ਵੀਰ ਬਿੰਟੂ ਵੀਰ ਜੋ ਕਿ ਰੱਬ ਦਾ ਰੂਪ ਹੈ, ਉਹ ਵੀਰ ਦਾ ਆਪਾਂ ਗੱਲ ਕੀਤੀ ਸੀ, ਅਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆ ਜਾਓ, ਅਤੇ ਆਪਾਂ ਹੋਸਪਿਟਲੋਂ ਹੁਣ ਚਾਲੇ ਪਾਉਣ ਲੱਗੇ ਹਾਂ। ਪਹਿਲਾਂ ਆਪਾਂ ਥਾਣੇ ਜਾਵਾਂਗੇ, ਥਾਣੇ ਇਤਲਾਹ ਦੇਵਾਂਗੇ, ਥਾਣਿਓਂ ਲੈਟਰ ਪੈਡ ਲੈ ਕੇ ਫਿਰ ਆਪਾਂ ਮਿੱਟੂ ਵੀਰ ਕੋਲ ਜਾਣਾ ਜੀ, ਉੱਥੇ ਜਾ ਕੇ ਤੁਹਾਨੂੰ ਵੀਡੀਓ ਕਾਲ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਬੰਦ ਭਾਅ ਜੀ, ਹਾਂ।
आ जाओ बहन, घबराना नहीं है इधर, तुम्हारा जहाँ पे माइका आ गई हो, माइका इसके ननिहाल में आ गई हो तुम, घबराना नहीं है, ठीक है? हम तुम्हारे भाई हैं, भाई, ठीक है? भाई के घर में बहन आई है, आ जाओ बेटा, तुझे भी आ जाओ, यहाँ से उठा लो इसको भी बहन, देखो जी ये वीर गुरदासपुर तो दीना नगर है ना, दीना कांगड़, दीना नगर, दीना नगर तो इस भैन लैके आए ने, इस वक्त की मारी हुई भैन न पता नहीं कितों आई है, दिमागी संतुलन ठीक नहीं, निके निके दो बच्चे है ये कोले, एक तो ना गुंबादर है, इसका क्या नाम है, मेघ, 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 तुम्हारा ना पूजा है, तुम्हारे पति का नाम क्या है, सोनू, तो तुम कहाँ के रहने वाली हो बहन, कोतरा, तुम्हारे कितने बच्चे हैं, दो, एक और है, घर और है, एक और है, तीन है, वो क्या है, मेक, दिया, मेक, वो लड़की है, हाँ। उसका नाम दिया है, बड़ी है इनसे या छोटी है, बड़ी, वो बड़ी है, तुम क्या काम करती हो, मांगती है, तू तुम्हारा पति क्या करता है, काम करता बोतल है, बोतल काम करता, बोतल, बोतल चुकता है, बोतल चुकता है, ठीक है, वो कहाँ पे, अब घर है, दूर है, कोतरा, कोतरा, कोतरा कहाँ पड़ता है जी, नहीं यूपी में, बिहार में, असम में, पंजाब में, कहाँ, कहाँ पे, कहाँ पड़ता है, कोतरा, कोतरा का, तो ठीक है, ओए तू दस दे यार, तेरा पापा कितने रहिंदा, तेरा पापा कितने रहिंदा, हैं, इन्हें खाण नूं लिया दे कुछ भी, आ देखो बिस्कुट खाओगे, बिस्कुट आ रहे दे दे, भी चॉकलेट खानी, मेक चॉकलेट खाओगे, मेक इसको पकड़ो, पूजा लगी जी, पूजा क्या लग, क्या हुआ, क्या हुआ, क्या हुआ इसको, गिर गई थी, ले ले भाई, मैं गुंबादर देखा लो जी, तुम्हारा दूध पीता है, ठीक है, और तुम कितने दिन से घर से दूर हो गई हो, घर वाला कहाँ, कहाँ पे छोड़ के गया तेरे को घर वाला, है मांगती थी तू, इधर आ जाओ, इधर आ जाओ भाई, मैं इधर आ जाओ, मैं इधर आ जाओ, इतने आ जाओ भीरे, ये देखो पूजा, ये बहन ऐसे हालात में मिली थी हमें, अब बिल्कुल ठीक हो गई है, देखो वो फोटो इसका है, ठीक है, इसका घर ढूंढ लेते हैं हम, तुम्हारा भी घर ढूंढ लेंगे, तुम्हारे घर वाले के पास जाना है तूने, वहाँ पे भेज देंगे तेरे को, ठीक है, तू हमारी बहन है, जितना दिन भी इधर रहेगी ना तो इधर हिफाजत से रहेगी, कोई परेशानी नहीं आएगी, और उसके बाद तेरा घर ढूंढ के तेरे घर वाले के पास छोड़ आएंगे, ठीक है, तो अभी बैठो आराम से, जहाँ बैठो बैठ जाओ पूजा, जहाँ तुम बैठ जाओ, मैं यहाँ बैठ जाओ बेटा, तुम जहाँ बैठो पूजा, बैठ जाओ जहाँ भी, तो तुम बैठ जाओ इतने नाल, है ना, ले लो चेयरें, ले लो कुर्सियाँ, ले लो, अब पूजा मेरे को बताना है आराम से, हाँ दो पानी दो, दो ये पानी ले ले पूजा, इन्हों भी दे दे मेघ, मेक पानी पी ले, चला पी ले, पहले पानी पी ले, बाद में खाना है, पहले पानी पियो, पहले पानी पी लो बेटा, ले मैं खोल के देता हूँ, आले भी तुम खा लो, गुंबद, गुंबद भाई तुम भी खा लो, ये दोनों लड़के हैं, ये बेटी है, अच्छा लड़की है, ये बेटा वा, अच्छा एक दिया और मेघ दोनों बेटी हैं और ये बेटा है, ठीक है, कितने दिन पहले घर से निकली हो बहन, अभी अभी कभी,
कैसे पहुंची वहां पे दीनानगर में? मंगरा आई थी, बस गई। नहीं कैसे आई, ट्रेन में, बस में, कैसे? बस में। कहां से बस चढ़ी थी? अड्डे पे। अड्डे पे? कौन से अड्डे पे? कोतरा। तुम तुम्हारे ससुर का नाम क्या है? ससुर हैं? सुम्मो। ससुर का नाम और सास का नाम है? सास। सास सासुमा। दिल्ली में। उसका नाम क्या है? ममिला। ममिला। और तुम्हारे पापा का नाम क्या है? तुम्हारे पापा नाम क्या था उनका? पापा नहीं पता। मम्मी का? मम्मी ममिला। तेरा मायका कहाँ पे है? पापा मायका। मायका तुम्हारा? मायका कोतरा। कोतरा तो तुम्हारा ससुराल है ना। तुम्हारा अपना गांव कहाँ पे है? इनका ननिहाल कहाँ पे है? इनका नाना नानी का गांव कहाँ पे है? घर कहाँ पे है? दिल्ली में। तुम्हारे कितने भाई बहन हैं? तुम्हारे कितने भाई बहन हैं? कितने भाई बहन हैं तुम्हारे? तुम्हारे भाई बहन कितने? क्या बोला? क्या हुआ? क्या चूड़ी टूट गया? किसका? कौन है जी? जे कौन है? हैं? जे कौन है? कौन है जे? मम्मी है। तुम्हारी मम्मी है? इधर आओ, इधर आओ। तेरे को और भी खाने को देख रहे, सब पड़ा है। ये देखो चॉकलेट पड़ा है कितना। हाँ तुम्हारी मम्मी है जी? माँ है। मम्मी कहाँ है? मम्मी कहाँ है? मम्मी माँ। अम्मा कहाँ पे? अम्मा। अम्मा कहाँ पे है? ए मेघ। मेघ अम्मी कहाँ पे है? जे कौन है? जे कौन है? क्या नाम है इसका? पेटू का? पेटू। पेटू जे? पेटू। पेटू है जे? पेटू। पेटू है? अरे पेटू। पेटू अरे पेटू मल पतौड़ियाँ ढिड मोटा नसन चौड़ियाँ। अरे पेटू डाइपर लग गया है इन्ना टाइट जहाँ बड़ा डाइपर गिला है पे डाइपर छोटा मंगावा बच्चे वाले। ठीक है तो घर का नंबर है? मोबाइल मोबाइल नंबर नहीं है, लिखना आता है तेरे को? कापी पेन दे काका, कापी पेन दे भाई। तेरे को आता है अभी गिद्दा पाना? आता है हैं? आता है पेटू मल पकौड़िया? इतने आया, इतने आया कौन? अपना नाम लिख दो इधर, पकड़ो इसको भी पकड़ो, ये पकड़ा दो मेरे को इसको ऐसे। हाँ तुम कैसे हो भाई? ओए टिंडू, ओए टिड्डू मल, यहाँ पे ऐसे रख लो, इतने रख लो, यहाँ पे ऐसे रखो, रख के यहाँ पे लिखो अपना नाम लिखो। पेन तेरे को पकड़ना आता है? पेन देखो तूने कितने अच्छी से पकड़ा है। बहन ए पूजा, अपना नाम लिखो। पूजा, पूजा लिखो। पूजा ऐसे नहीं, पूजा ए पूजा। पूजा तुम्हारा नाम पूजा है? लिखो यहाँ पे पूजा। बिल्कुल भी लिखना नहीं आता तेरे को? ये तो बहुत अच्छा लिखा तूने। पूजा कहाँ से लिखाई किया, पढ़ाई किया तूने? मम्मी ने सिखाया था। अरे क्या बात है, तेरी मम्मी तो बहुत होशियार है।
मम्मी का नाम क्या है? पमिला है। पमिला, पमिला क्या करती है? घर के घर पे रहती है। तुम्हारा परिवार सारा कबाड़ बीनता है, कबाड़ चुनता है, पति भी, जे भी, तुम भीख मांगती हो बचपन से ही। तुम चाहती हो तुम्हारे बच्चे भी भीख मांगे, ये तुम्हारे बच्चे भी भीख मांगेंगे बड़े होकर। ए पूजा, तुम्हारे बच्चे भीख मांगेंगे हैं? क्या चाहती है तुम हैं? ए पूजा, क्या चाहती है तुम? तुम्हारे बच्चे भीख ना मांगे, यही चाहती है ना तू? ये देखो कितना सुंदर है बच्चा तुम्हारा बेटा। क्या नाम है इसका? इसका है क्या? बादर है। बादर, ए बादर, अरे सिर चकी लगा पड़ा हुआ है बादर के। ये क्या है? आलू है बादर। आलू खाया था तूने? अरे आलू खाया था तूने बादर? आलू, आलू खाया था तूने? दंदी पड़ता मेरे दंदी। किन्ने सोहना बच्चा जी, रब दा ये रूप है बच्चा। पर असी तह दिल तो सल्यूट करते हैं बाइया, धन्यवाद करते हैं बाइया का। यार सच्ची बाई, ये तो 125 किलोमीटर होगा, 170 किलोमीटर, मतलब 250 किलोमीटर दूर ये वीर इस भैन नू लैके आए ने, जिहदे नाल इन्हां दा कोई रिश्ता नहीं सी, इंसानियत दा रिश्ता वा। ये अपने दो बच्चों के नाल वीर कित्थे सी, किवें सी, की गल हुई तुसीं दसो। पहिलां तां मैं तुहाडा ज़्यादा धन्नवाद आ, क्योंकि मैनूं लगदा तुसीं वीडियो 'च वी बोलिया वीरे ने, दो दिन तो तुसीं उत्थे ही सी, है ना? हाँ जी, तुसीं दसो हुण किवें, इत्थे आ जाओ नेड़े चेयर तेरे। जी आपां सब तों पहिलां वाहिगुरू जी का खालसा, वाहिगुरू जी की फतह बुलांदे आ। ਇਹ ਜਿਹੜੀ ਸੇਵਾ ਵੀਰ ਜੀ ਆਪਾਂ ਤੁਹਾਡੇ ਕੋਲ ਵਾਹਿਗੁਰੂ ਵਾਹਿਗੁਰੂ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਸ਼ੁਰੂ ਤੋਂ। ਅੱਛਾ ਜੀ। ਅਤੇ ਆਪਾਂ ਸਾਰੇ ਵੀ ਰਲ ਕੇ ਛੋਟੀ ਜਿਹੀ ਐਂਜੀ ਚਲਾਉਂਦੇ ਹਾਂ ਆਪਣੇ ਜਿੰਨੇ ਵੀ ਸਾਡੀ ਹੈ ਸੀ। ਅਤੇ ਇਹ ਭੈਣ ਦਾ ਸਾਡਾ ਜਿਹੜਾ ਸਾਡੀ ਪਾਰਟੀ ਦਾ ਮੈਂਬਰ ਸੀ ਉਹ ਚੌਂਤੇ ਪਿੰਡ ਵਿੱਚ ਰਹਿੰਦਾ, ਸਾਡੇ ਦੀਨਾ ਨਗਰ ਸ਼ਹਿਰ ਤੋਂ 6 ਕਿਲੋਮੀਟਰ ਦੂਰ ਆ ਜੀ ਚੌਂਤਾ ਪਿੰਡ। ਹਾਂਜੀ ਚੌਂਤਾ ਪਿੰਡ ਜੀ। ਅਤੇ ਉੱਥੇ ਨੂੰ ਕੌਲ ਆਈ ਸੀ ਕਿ ਇਹ ਜਿਹੜੀ ਭੈਣ ਆ ਸਾਡੇ ਪਿੰਡ ਦੋ ਬੱਚਿਆਂ ਦੇ ਨਾਲ ਸੜਕ ਦੇ ਕੰਢੇ ਬੈਠੀ ਹੈ। ਅੱਛਾ ਜੀ। ਇੱਕ ਬੋਰੀ ਸੀ ਜੀ ਹਨਾ, ਅਤੇ ਆਪਾਂ ਕਿਹਾ ਚਲੋ ਕੋਈ ਨਹੀਂ ਪਾਲਦੇ ਹਾਂ। ਜਦੋਂ ਆਪਾਂ ਜਾ ਕੇ ਦੇਖਿਆ ਅਤੇ ਭੈਣ ਜਿਹੜੇ ਬੱਚਿਆਂ ਦੇ ਮੱਛਰ ਮੁੱਛਰ ਲੜਦਾ ਜੀ, ਆਪਾਂ ਓਡੋਮਾਸ ਸਭ ਕੁਛ ਲੈ ਗਏ ਅਤੇ ਆਪਾਂ ਭੈਣ ਨੂੰ ਉੱਥੋਂ ਗੱਡੀ 'ਚ ਬਹਾ ਲਿਆ ਅਤੇ ਆਪਾਂ ਭੈਣ ਨੂੰ ਪੁੱਛਿਆ ਵੀ ਤੇਰਾ ਐਡਰੈਸ ਕਿੱਥੋਂ ਦਾ? ਅਤੇ ਜਿੱਦਾਂ ਉਹ ਤੁਹਾਨੂੰ ਦੱਸ ਦਿੰਦੀ ਹੈ ਕਿ ਆਪਾਂ ਇੱਧਰ ਨੂੰ ਜਾਣਾ ਕੋਖਲਾ ਪਿੰਡ ਕੋਖਲਾ। ਚਲੋ ਜਦੋਂ ਬਾਹਰ ਘੁੰਮਾਉਂਦੇ ਹਾਂ ਕਿਹਾ ਚੱਲ ਜਿੱਦਾਂ ਕਹਿੰਦੇ ਹਾਂ ਆਪਾਂ ਉੱਧਰ ਨੂੰ ਲੈ ਜਾਣਾ। ਰਾਤ 1 ਵਜੇ ਤੱਕ ਆਪਾਂ ਨੂੰ ਲੈ ਕੇ ਜਿੰਨੀਆਂ ਵੀ ਟੋਟਲ ਪਠਾਨਕੋਟ ਦੇ ਵਿੱਚ ਝੁੱਗੀਆਂ ਸਾਰੀਆਂ 'ਚ ਗਏ ਹਨ। ਅਤੇ ਭੈਣ ਬਾਰੇ ਯੂਪੀ ਬਿਹਾਰ ਦੇ ਰਾਜਸਥਾਨ ਦੇ ਜਿਹੜੇ ਵੀ ਉਹਨੂੰ ਬੰਦੇ ਮਿਲੇ ਸਾਰਿਆਂ ਨਾਲ ਗੱਲ ਕਰਾਈ ਪ੍ਰਵਾਸੀ ਮੰਡੀ, ਅਤੇ ਪਰ ਕਿਸੇ ਨੇ ਇਹਦਾ ਪਤਾ ਨਹੀਂ ਲੱਗਾ ਜੀ। ਅਤੇ ਫਿਰ ਆਪਾਂ 2 ਦਿਨ ਫਿਰ ਥਾਣੇ ਤਲਾ ਦਿੱਤੀ ਆ ਕੇ, ਥਾਣੇ ਵਾਲੇ ਕਹਿੰਦੇ ਵੀ ਆਪਾਂ ਰੱਖ ਨਹੀਂ ਸਕਦੇ ਉਹਨਾਂ ਨੂੰ, ਅਤੇ ਤੁਸੀਂ ਦੇਖ ਲਓ ਜਿੱਥੇ ਰੱਖਣਾ। ਫਿਰ ਸਿਵਲ ਹੋਸਪਿਟਲ ਆ ਸਾਡੇ ਲਾਗੇ ਹੀ ਹੈ ਜੀ ਸਿੰਘੋਵਾਲ ਸਰਕਾਰੀ, ਉੱਥੇ ਆਪਾਂ ਵੀਰ ਆਪਣਾ ਉਹਨਾਂ ਸਲਾਹ ਦਿੱਤੀ ਅਤੇ ਰਾਤ ਉੱਥੇ ਰੱਖਿਆ ਸੀ ਉਹਨਾਂ ਨੇ ਰਾਤ ਰੱਖਿਆ। ਅਤੇ ਸਵੇਰ ਦੇ ਆਪਾਂ ਫਿਰ ਤੁਹਾਡੇ ਨਾਲ ਗੱਲ ਹੋਈ ਜੀ, ਸੰਪਰਕ ਗੁਰੂ ਘਰ ਗੱਲ ਹੋ ਗਈ। ਆਪਾਂ ਗੁਰਦੁਆਰਾ ਤੁਹਾਨੂੰ ਮੰਨਿਆ ਜੀ, ਭਗਵਾਨ ਅਸੀਂ ਤੁਹਾਨੂੰ ਮੰਨਿਆ। ਵਾਹਿਗੁਰੂ 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 ਨਹੀਂ, ਭਗਵਾਨ ਤਾਂ ਨਹੀਂ, ਉਹਦੇ ਭਗਵਾਨ ਦੇ ਦੱਸੇ ਮਾਰਗ 'ਤੇ ਬਾਈ ਚੱਲਣ ਦਾ ਸੀ, ਇੱਕ ਯਤਨ ਕਰਦੇ ਹਾਂ, ਇੱਕ ਉਪਰਾਲਾ ਕਰਦੇ ਆਪਾਂ। ਵਾਹਿਗੁਰੂ ਮਿਹਰ ਕਰੇ ਬਾਈ, ਅਸੀਂ ਵੀ ਤੁਹਾਡੇ ਵਾਂਗੂ ਹੀ ਸ਼ੁਰੂ ਹੋਏ ਸੀ ਇੱਕ ਦਿਨ, ਹੈ ਨਾ? ਆਪਾਂ ਉੱਥੋਂ ਸ਼ੁਰੂਆਤ ਤਾਂ ਬੰਦਾ ਜੀਰੋ 'ਤੇ ਕਰਦਾ। ਵਾਹਿਗੁਰੂ ਮਿਹਰ ਕਰੇ ਤੁਹਾਡੇ ਤੋਂ, ਸਾਡੇ ਤੋਂ ਵੀ ਵੱਡੀ ਮਾਰ ਸੇਵਾ ਲੈਣ ਸੱਚੇ ਪਾਤਸ਼ਾਹ। ਆਪਣੀ ਕੀ ਸੁਸਾਇਟੀ ਦਾ ਨਾਂ ਰੱਖਿਆ ਤੁਸੀਂ? ਸਰਬੱਤ ਦੇ ਭਲੇ ਦੇ ਨਾਂ 'ਤੇ। ਚਲੋ ਬਹੁਤ ਚੰਗੀ ਗੱਲ ਹੈ ਵੀਰੇ। ਸਾਡੇ ਦਾਦੇ ਪੜਦਾਦੇ ਪਹਿਲਾਂ ਇੱਦਾਂ ਹੀ ਹੁੰਦੇ ਸੀ ਬਾਈ, ਉਹ ਆਪਦੇ ਲੈਵਲ 'ਤੇ ਹੈ ਨਾ ਕਰਦੇ ਹੁੰਦੇ ਸੀ ਸੇਵਾ। ਹਰ ਬੰਦਾ ਆਪਦੇ ਆਪ 'ਚ ਇੱਕ ਐਨ ਜੀ ਓ ਸੀ, ਆਪਦੇ ਆਪ 'ਚ ਇੱਕ ਸੰਸਥਾ ਸੀਗਾ ਉਦੋਂ, ਤਾਂ ਹੀ ਤਾਂ ਇਹ ਦੁੱਖ ਤਕਲੀਫਾਂ ਨਹੀਂ ਸੀ, ਉਦੋਂ ਆਸ਼ਰਮ ਨਹੀਂ ਸੀ, ਨਾ ਲੋਕ ਲੋੜਵੰਦ ਸੀ। ਹੁਣ ਸਾਡੀ ਜਿਹੜੀ ਆ 40-45 ਸਾਲਾਂ ਦਾ ਜਿਹੜਾ ਪਿਛਲਾ ਸਮਾਂ ਨਾ ਜਿਹੜਾ ਨਿਕਲਿਆ 35-40 ਸਾਲਾਂ 'ਚ, ਇਹਦੇ ਵਿੱਚ ਅਸੀਂ ਟੈਕਨੋਲੋਜੀ ਦੇ ਨਾਲ ਬਹੁਤ ਜ਼ਿਆਦਾ ਲਿਪਤ ਹੋ ਗਏ। ਟੈਕਨੋਲੋਜੀ ਨੇ ਸਾਨੂੰ ਠੀਕ ਆ ਚੰਦ 'ਤੇ ਪਹੁੰਚਾ ਤਾ, ਪਰ ਜ਼ਮੀਨ ਤੋਂ ਵੀ ਸਾਡੀਆਂ ਜੜ੍ਹਾਂ ਪੁੱਟਤੀਆਂ ਨੇ। ਨਹੀਂ ਨਹੀਂ ਬਾਈ, ਰੱਬ ਤਾਂ ਤੁਸੀਂ ਆ ਲੈ ਕੇ ਆਏ ਹੋ, ਸਾਡੇ ਘਰ ਆ ਰੱਬ ਲੈ ਕੇ ਆਏ ਤੁਸੀਂ, ਆ ਸਾਡੀ ਭੈਣ ਆ ਰੱਬ ਵਰਗੀ। ਦੇਖੋ ਜੀ, ਇਹਨੇ ਆਹੀ ਇਹਨੂੰ ਕੱਪ ਪੈਨ ਦਿੱਤਾ ਸੀ, ਅਸੀਂ
ਤੇ ਇਹਨੇ ਆਹ 0000 ਬਣਾਈ ਹੈ ਉੱਥੇ ਵੀਰ ਉਹਨਾਂ ਨੇ ਵੀ ਲਿਖਾਇਆ ਸੀ ਉੱਥੇ ਵੀ ਐਂ ਲੱਗਦੀ ਸੀ ਅਤੇ ਆਪਣਾ ਨਾਮ ਇਹ ਪੂਜਾ ਦੱਸਦੀ ਹੈ ਨਾ ਇਹਨੂੰ ਆਪਣਾ ਐਡਰੈਸ ਨਹੀਂ ਜੀ ਪਤਾ ਇਹ ਆਪਣੇ ਪਤੀ ਦਾ ਨਾਮ ਸੋਨੂ ਪਤੀ ਤੁਹਾਡੇ ਘਰ ਵਾਲਾ ਸੋਨੂ ਸੋਨੂ ਕਿਆ ਕਰਤਾ ਹੈ ਸੋਨੂ ਕਿਆ ਕਰਤਾ ਹੈ ਪੂਜਾ ਸੋਨੂ ਕਿਆ ਕਰਤਾ ਹੈ ਹੈਂ ਬੋਤਲ ਬੋਤਲ ਕਬਾੜ ਕਾ ਕਬਾੜ ਕਾ ਠੀਕ ਹੈ ਕਹਾਂ ਵੇਚਤਾ ਹੈ ਹੈਂ ਕਹਾਂ ਕੌਣ ਸੇ ਸ਼ਹਿਰ ਮੇਂ ਜਾਤਾ ਹੈ ਆਗੇ ਜਾਤਾ ਹੈ ਤੂੰ ਕਭੀ ਗਈ ਨਹੀਂ ਸ਼ਹਿਰ ਸਟੇਸ਼ਨ ਕੌਣ ਸਾ ਹੈ ਤੁਹਾਰੇ ਸਟੇਸ਼ਨ ਰੇਲਵੇ ਸਟੇਸ਼ਨ ਉਸਕਾ ਨਾਮ ਕਿਆ ਹੈ ਸਟੇਸ਼ਨ ਕਾ ਕੋਤਰਾ ਠੀਕ ਹੈ ਕੋਤਰਾ ਕਹਾਂ ਪੜਤਾ ਹੈ ਬਿਹਾਰ ਮੇਂ ਰਾਜਸਥਾਨ ਮੇਂ ਕਹਾਂ ਪੇ ਹਰਿਆਣਾ ਮੇਂ ਯੂਪੀ ਮੇਂ ਘਰ ਘਰ ਕਹਾਂ ਪੇ ਹੈ ਦੂਰ ਹੈ ਘਰ ਠੀਕ ਹੈ ਦਿੱਲੀ ਮੇਂ ਕਿਆ ਹੈ ਤੇਰੀ ਮੰਮੀ ਦਿੱਲੀ ਮੇਂ ਰਹਤੀ ਹੈ ਠੀਕ ਹੈ ਦਿੱਲੀ ਕਹਾਂ ਝੋਂਪੜੀ ਮੇਂ ਰਹਤੀ ਹੈ ਝੋਂਪੜੀ ਮੇਂ ਹਾਂ ਘਰ ਹੈ ਤੁਹਾਰਾ ਪੱਕਾ ਐਸਾ ਐਸਾ ਘਰ ਹੈ ਪੱਕਾ ਔਰ ਕੌਣ ਰਹਤਾ ਹੈ ਵਹਾਂ ਪੇ ਨਾਨੂ ਮੰਮਾ ਔਰ ਮੰਮੀ ਨਾਨੀ ਵੀ ਹੈ ਔਰ ਮਾਮਾ ਨਹੀਂ ਮਾਮਾ ਕਿਆ ਨਾਮ ਹੈ ਮਾਮਾ ਕਾ ਮਾਮਾ ਕਾ ਨਾਮ ਕਿਆ ਹੈ ਮਾਮਾ ਹੈਂ ਤੁਹਾਰੇ ਜੇ ਦੋ ਬੱਚੇ ਹੈ ਔਰ ਵੀ ਹੈ ਕੋਈ ਔਰ ਕਿਆ ਹੈ ਦੀਆ ਕੁੜੀ ਹੈ ਜੇ ਵੀ ਕੁੜੀ ਹੈ ਇਸਕਾ ਨਾਮ ਹੈ ਮੇਕ ਇਸਕਾ ਨਾਮ ਹੈ ਬਹਾਦੁਰ ਬਾਦਲ ਕਿਆ ਨਾਮ ਹੈ ਬਾਦਲ ਇਸਕਾ ਨਾਮ ਅਰੇ ਬਾਦਲ ਸਾਹਿਬ ਕੈਸੇ ਹੋ ਅਬ ਕਹਾਂ ਜਾਓਗੀ ਤੁਮ ਘਰ ਕਹਾਂ ਪੇ ਹੈ ਦੂਰ ਕੈਸੇ ਜਾਓਗੀ ਤੇਰੇ ਘਰ ਵਾਲਾ ਕੇ ਪਾਸ ਮੋਬਾਈਲ ਹੈ ਫੋਨ ਹੈ ਮੋਬਾਈਲ ਘਰ ਵਾਲੇ ਕੇ ਪਾਸ ਮੰਮਾ ਕੇ ਪਾਸ ਹੈ ਕੈਸਾ ਹੈ ਟੱਚ ਵਾਲਾ ਹੈ ਐਸੇ ਉਂਗਲੀ ਸੇ ਚਲਤਾ ਹੈ ਐਸਾ ਚਲਤਾ ਹੈ ਠੀਕ ਉਸਕਾ ਨਾਮ ਨੰਬਰ ਪਤਾ ਨੰਬਰ ਮੋਬਾਈਲ ਨੰਬਰ 1 2 4 6 8 ਐਸਾ ਕੁਛ ਪਤਾ ਹੈ ਕਿਆ ਨੰਬਰ ਹੈ ਰੱਬ ਦੀ ਭਗਤਣੀ ਹੋਈ ਹੈ ਜੀ ਇਹ ਬਸ ਹੁਣ ਤੁਸੀਂ ਰੱਬ ਵਰਗਾ ਜਿਹੜਾ ਕਰਿਓ ਜੇ ਭੈਣ ਨੂੰ ਘਰੇ ਪਹੁੰਚਾਉਣਾ ਆ ਇਹਦੇ ਨਿੱਕੇ ਨਿੱਕੇ ਬੱਚੇ ਆ ਮੇਘ ਮੇਘ ਇੱਥੇ ਆ ਮੇਘ ਮਹਿਕ ਮਹਿਕ ਕਿਆ ਨਾਮ ਹੈ ਅੱਛਾ ਮਹਿਕ ਅਰੇ ਮਹਿਕ ਅਰੇ ਮਹਿਕ ਇੱਥੇ ਬੈਠ ਜਾ ਇਹ ਬਾਦਲ ਅਤੇ ਮਹਿਕ ਮੈਂ ਤਾਂ ਨਾ ਹੀ ਮੈਨੂੰ ਸਮਝ ਨਹੀਂ ਆ ਰਹੇ ਵੀਰੇ ਹੋਣੀ ਦੋ ਦਿਨਾਂ ਦੇ ਲੱਗੇ ਹੋਏ ਆ ਉਹਨਾਂ ਨੂੰ ਦੋ ਦਿਨਾਂ 'ਚ ਸਮਝ ਆਈ ਹੋਈ ਆ ਨਾਂ ਦੀ ਹੈ ਨਾ ਅਤੇ ਬਾਈ ਬਹੁਤ ਮਿਹਨਤ ਆ ਤੁਹਾਡੀ ਇੱਦਾਂ ਦੀ ਜਵਾਨ ਕੁੜੀ ਦੇ ਨਾਲ ਪਹਿਲਾਂ ਤਾਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਡਰ ਜਾਂਦਾ ਅਗਲਾ ਕਹਿੰਦਾ ਸਾਡੇ 'ਤੇ ਨਾ ਕੋਈ ਇਲਜ਼ਾਮ ਆ ਜਾਵੇ ਹੈ ਨਾ ਨਹੀਂ ਬਾਈ ਬਹੁਤ ਚੰਗੀ ਗੱਲ ਜਿਹੜੇ ਕੋਈ ਨਾ ਕੋਈ ਹੈ ਨਾ ਆਪਣਾ ਇੰਸਪੀਰੇਸ਼ਨ ਦਾ ਕਾਰਨ ਬਣਦਾ ਅਸੀਂ ਜਦੋਂ ਸੇਵਾ ਸ਼ੁਰੂ ਕੀਤੀ ਸੀ ਮੈਂ ਮਈ ਦੇ ਵਿੱਚ ਨਾ 2016 ਦੇ ਵਿੱਚ 25 ਮਈ ਨੂੰ ਸਾਡੀ ਪਹਿਲੀ ਪੋਸਟ ਪਈ ਢਾਬੇ 'ਤੇ ਸਾਡੇ ਇੱਕ ਬੰਦਾ ਆ ਕੇ ਡਿੱਗ ਪਿਆ ਉਹਦੀ ਹਾਲਤ ਬਹੁਤ ਮਾੜੀ ਸੀ ਉਹਦਾ ਇਸ਼ਨਾਨ ਪਾਣੀ ਕਰਾ ਕੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਪਾਈਆਂ ਯਾਨੀ ਕਿ ਮੈਂ 12 ਮਈ ਨੂੰ ਨਾ ਇੱਕ ਫੇਸਬੁੱਕ 'ਤੇ ਪੋਸਟ ਦੇਖੀ ਸੀ ਦੇਹਰਾਦੂਨ ਵੱਲ ਦੇ ਨੌਜਵਾਨ ਮੁੰਡੇ ਮੋਟਰਸਾਈਕਲ 'ਤੇ ਜਾਂਦੇ ਸੀਗੇ ਪਹਾੜਾਂ 'ਚ ਜਿਵੇਂ ਬੱਚੇ ਉੱਧਰਲੇ ਲੋਕਲ ਆ ਚਲੇ ਜਾਂਦੇ ਉਹਨੇ ਰੋਜ਼ ਹੀ ਸ਼ਹਿਰ ਗੇੜਾ ਲਾਉਣ ਉਹਨਾਂ ਨੂੰ ਇੱਕ ਬਾਪੂ ਮਿਲਿਆ ਸੜਕ 'ਤੇ ਕੰਧੇ 'ਤੇ ਪਿਆ ਜਿਹੜੀ ਦਾੜੀ ਜਿਹੜੀਆਂ ਜੱਟਾਂ ਬਹੁਤ ਗੰਦੇ ਕੱਪੜੇ ਉਹਨਾਂ ਨੇ ਮੋਟਰਸਾਈਕਲ 'ਤੇ ਬਿਠਾਇਆ ਉੱਥੇ ਹੋਸਟਲ 'ਚ ਪੜ੍ਹਦੇ ਸੀ ਬੱਚੇ ਉੱਥੇ ਹੋਸਟਲ 'ਚ ਲੈ ਆਏ ਨਾਲ ਉਹਨੂੰ ਇੱਥੇ ਰੁਕ ਜਾ ਬੇਟਾ ਰੁਕ ਜਾ ਮੈਂ ਉੱਥੇ ਨਮਾਇਆ ਧਵਾਇਆ ਉਹਨਾਂ ਨੇ ਸ਼ੇਪ ਸ਼ੂਪ ਕਰਕੇ ਸੋਹਣੇ ਕੱਪੜੇ ਪਵਾ ਕੇ ਉਹਨੂੰ ਖੁੰਡੀ ਖਾਂਡੀ ਦੇ ਉਹਦੀਆਂ ਫੋਟੋਆਂ ਪਾਈਆਂ 5-7 ਉਹਨਾਂ ਨੇ ਉਹ ਫੋਟੋਆਂ ਮੈਂ ਦੇਖੀਆਂ ਅਤੇ ਮੈਂ ਫੋਟੋਆਂ ਆਪਦੇ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਉਹ ਉੱਤੇ ਲਿਖਿਆ ਮੈਂ ਕਿਹਾ ਵੀ ਗਰੀਬ ਰੱਬ ਸਾਰਿਆਂ ਦਾ ਵਾ ਪਰ ਗਰੀਬਾਂ ਦਾ ਤਾਂ ਰੱਬ ਵੀ ਹੈ ਨਹੀਂ ਇੱਦਾਂ ਲਿਖ ਕੇ ਨਾ ਮੈਂ ਲਿਖਿਆ ਉੱਤੇ ਪੋਸਟ 'ਤੇ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਜਵਾਨਾਂ ਸ਼ੇਅਰ ਕੀਤੀ ਉਹ ਪੋਸਟ ਮੈਂ ਉਸ ਤੋਂ 15 ਦਿਨਾਂ ਬਾਅਦ ਬਾਈ ਜੀ ਉਹ ਬੰਦਾ ਮੇਰੇ ਮੂਹਰੇ ਆ ਕੇ ਡਿੱਗ ਪਿਆ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਇੰਸਪੀਰੇਸ਼ਨ ਦੀ ਗੱਲ ਅਤੇ ਮੈਂ ਉਸੇ ਬੰਦੇ ਨੂੰ ਦੇਖ ਕੇ ਮੇਰੀ ਉਹ ਪੋਸਟ ਸ਼ੇਅਰ ਦਿਮਾਗ 'ਚ ਆਈ ਮੈਂ ਯਾਰ ਉਹ ਮੁੰਡਿਆਂ ਨੇ ਨਵਾ ਕੇ ਬੰਦੇ ਦੀ ਜੂਨ ਬਦਲਤੀ ਸੀ ਮੈਂ ਕਿਹਾ ਇਹਦੀ ਕਿੰਨੀ ਮਾੜੀ ਹਾਲਤ ਆ ਆਪਾਂ ਵੀ ਇਹਨੂੰ ਨਵਾ ਸਕਦੇ ਹਾਂ
ਅਸੀਂ ਉਹਨੂੰ ਨਮਾਇਆ, ਨਮਾ ਕੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਪਾ ਦਿੱਤੀਆਂ। ਮੈਂ ਪ੍ਰੋਪਰਲੀ ਅੱਜ ਇਹ ਗੱਲ ਸ਼ੇਅਰ ਕਰਨ ਲੱਗਿਆ, ਯਾਨੀ ਕਿ ਮੈਂ ਘਰ ਬਹੁਤ ਘੱਟ ਸ਼ੇਅਰ ਕੀਤੀ ਇਹ ਗੱਲ, ਅਤੇ ਜਦੋਂ ਅਸੀਂ ਉਹ ਸ਼ੇਅਰ ਕੀਤੀਆਂ ਉਹਦੀਆਂ ਫੋਟੋਆਂ ਵੱਜਦੀਆਂ, ਉਹ ਸਹੀ ਗੱਲ ਉਹੀ ਲੋਕਾਂ ਨੇ ਐਪਰੀਸ਼ੀਏਟ ਵੀ ਬਹੁਤ ਕੀਤਾ, ਲੋਕਾਂ ਨੇ ਸਾਨੂੰ ਉਹਦਾ ਘਰ ਵੀ ਲੱਭ ਕੇ ਸਵੇਰ ਨੂੰ ਦੇ ਤਾ, ਦੂਏ ਦਿਨ ਉਹਦਾ ਭਰਾ ਵੀ ਆ ਗਿਆ ਮਿਲਣ। ਪਰ ਜਦੋਂ ਉਹਨੇ ਦੇਖਿਆ ਵੀ ਉਹਨੂੰ ਤਰੰਗ ਹੋਇਆ, ਉਹਨੂੰ ਸਾਂਭਣਾ ਪਊਗਾ, ਚੱਕਣਾ ਲੈਟਰਿਨ ਬਾਥਰੂਮ ਚੱਕਣਾ, ਉਹ ਲੈ ਕੇ ਨਹੀਂ ਗਿਆ, ਉਹ ਛੱਡ ਕੇ ਚਲਾ ਗਿਆ। ਉਹ ਬੰਦਾ ਅੱਜ ਵੀ ਸਾਡੇ ਕੋਲ ਰਹਿੰਦਾ ਇੱਥੇ। ਪਰ ਉੱਥੋਂ ਇੱਕ ਛੋਟੀ ਜਿਹੀ ਸ਼ੁਰੂਆਤ ਹੋਈ, ਅੱਜ ਅਸੀਂ ਇੱਥੇ ਤੀਕਰ ਪਹੁੰਚ ਗਏ ਨਾ। ਇੱਦਾਂ ਹੀ ਆ ਵੀ ਕੋਈ ਨਾ ਕੋਈ ਇੰਸਪੀਰੇਸ਼ਨ ਦਾ ਕਾਰਨ ਬਣਦਾ, ਕੋਈ ਨਾ ਕੋਈ ਜ਼ਰੀਆ ਬਣਦਾ ਆਪਣੀ ਜ਼ਿੰਦਗੀ ਦੇ ਵਿੱਚ। ਹੋਸਪਿਟਲ ਸਿੰਘੋਵਾਲ ਜੀ ਬੜਾ ਵਧੀਆ, ਇੱਕ ਨਾ ਉੱਥੇ ਵਰਕਰ ਸੀਗੇ ਭਾਜੀ, ਇਹਦੇ ਕੱਪੜੇ ਬਹੁਤ ਗੰਦੇ ਸੀ ਅਤੇ ਗਿੱਲੇ ਹੋਏ ਦੇ ਸੀਗੇ। ਵਰਕਰ ਨਾਲ ਗੱਲ ਕੀਤੀ ਕਿ ਸਾਨੂੰ ਕੱਪੜੇ, ਉਹ ਚਾਰ ਜੋੜੀਆਂ ਵਧੀਆ ਵਧੀਆ ਕੱਪੜੇ ਲਿਆ ਅਤੇ ਉਹਨਾਂ ਨੇ ਫਿਰ ਅੰਦਰ ਨਵਾਇਆ ਵੀ, ਕੱਪੜੇ ਚੇਂਜ ਕਰਾਏ ਇਹਦੇ ਅੰਦਰ ਬਾਥਰੂਮ 'ਚ ਲਿਜਾ ਕੇ, ਬੜਾ ਮਤਲਬ ਹੈਲਪਫੁਲ ਉਹਨਾਂ ਦਾ। ਉਦੋਂ ਪਹਿਲਾਂ ਜਦੋਂ ਇਹ ਆਈ ਸੀ ਕੱਪੜੇ ਚੇਂਜ, ਉਦੋਂ ਸਾੜੀ ਲੱਗੀ ਸੀ ਇਹਦੇ, ਨਹੀਂ ਭਾਜੀ ਛੋਟੀ ਸੀ, ਹਾਂਜੀ ਹਾਂਜੀ ਪਹਿਲੇ ਸਾਡੇ ਉਹ ਹੈਗੇ ਆ ਕੱਪੜੇ, ਹਾਂਜੀ ਹਾਂਜੀ ਲਿਆਂਦੇ ਕੱਪੜੇ ਨਾਲ ਆਪਾਂ। ਹਾਂ ਕਈ ਵਾਰੀ ਕੋਈ ਉਹਦੇ ਤੋਂ ਕਲੂ ਮਿਲ ਜਾਂਦਾ ਨਾ ਆਪਾਂ ਨੂੰ। ਜੇਬਾਂ ਜੁਬਾਂ ਚੰਗੀ ਤਰ੍ਹਾਂ ਕੁਛ ਨੀ ਮਿਲਿਆ। ਉਹ ਵੀ ਵਿੱਚ ਪਿਆ ਦਾ ਸੀਗਾ, ਨਾਲ ਇੱਕ ਮੋਬਾਈਲ ਦਾ ਚਾਰਜਰ ਪਿਆ ਹੋਇਆ ਸੀਗਾ। ਆਪਣੇ ਡਾਇਪਰ ਬਦਲੇ ਉਹਦਾ, ਦੇਖੋ ਕਰਦੇ ਇੱਥੇ ਉਲਟਾ ਕਰ ਰਹੇ ਸਾਰੇ ਕੱਪੜੇ ਤੇ ਕਰਦੇ ਆ ਸਮਾਨ ਜੀ। ਇਹ ਭੈਣ ਦੇ ਕੋਲੋਂ ਮਿਲਿਆ ਜਿਹੜਾ ਸਮਾਨ, ਇਹ ਉਹ ਸਮਾਨ ਆ ਸਾਰਾ। ਕੁਛ ਕੱਪੜੇ ਦਾ ਤਾਂ ਉੱਥੇ ਲੋਕਾਂ ਨੇ ਦਿੱਤੇ ਆ ਨਾ, ਤੁਸੀਂ ਦੱਸ ਦਿਓ। ਹਾਂ ਉਹੀ ਸੂਟ ਨੇ, ਅੱਛਾ ਪਾਇਆ ਹੋਇਆ ਸੀ ਇਹਦੇ। ਪੂਜਾ ਇਹ ਕੱਪੜੇ ਤੇਰੇ ਆ, ਹੈ ਇਹ ਤੂੰ ਸਿਲਾਏ ਸੀਗੇ ਕੱਪੜੇ, ਮੁੱਲ ਲਏ ਸੀ? ਹਾਂ ਮੰਗ, ਇੱਥੇ ਕਿਸੇ ਨੇ ਦੇ ਦੀ। ਇੱਥੇ ਘਰ ਸੇ ਨਿਕਲੇ ਹੋਏ ਕਿਤਨਾ ਦਿਨ ਹੋ ਗਿਆ? ਇੱਕ ਮਹੀਨਾ 20 ਦਿਨ। ਕਿਤਨਾ ਦਿਨ ਹੋ ਗਿਆ ਘਰ ਸੇ ਨਿਕਲੇ ਹੋਏ? ਕਿਤਨਾ ਦਿਨ? 5 ਦਿਨ। 5 ਦਿਨ ਸੇ ਘਰ ਸੇ ਬਾਹਰ ਹੋ ਤੂੰ, ਹੈਂ ਘਰ ਸੇ ਕਿਉਂ ਆ ਗਈ? ਲੜਕੇ ਸੋਨੂ ਸੇ ਲੜਾਈ ਹੁਆ? ਸੋਨੂ ਕੀ ਅੰਮਾ ਸੀ? ਹੈਂ ਪੂਜਾ ਕਿਸ ਕੇ ਸਾਥ ਲੜਾਈ ਹੁਆ? ਫਿਰ ਲੜ ਕਿਉਂ, ਘਰ ਕਿਉਂ ਨਹੀਂ ਗਈ ਵਾਪਸ ਤੂੰ? ਬਸ ਚਲੇ ਗਈ, ਉਸਕੇ ਬਾਅਦ ਬਸ ਨਹੀਂ ਮਿਲੀ? ਤੇਰੇ ਕੋਲ ਬਸ ਕੀ ਪਹਿਚਾਣ ਵੀ ਨਹੀਂ ਹੈ, ਕਿੱਧਰ ਕੋ ਜਾਏਗੀ ਬਸ ਨਹੀਂ ਪਤਾ? ਹੈਂ ਕੋਤਰਾ, ਕੋਤਰਾ ਕਹਾਂ ਪੜਤਾ ਹੈ? ਤੁਹਾਡੇ ਉੱਧਰ ਹੈ ਕੋਈ ਕੋਟਲਾ ਕਾਟਲਾ ਕੁਛ? ਉਹ ਤਾਂ ਕੋਤਰਾ ਵਾ ਇੱਕ, ਕੋਤਰਾ ਕੋਤਰਾ ਕਿ ਕੋਟਲਾ? ਹੈਂ ਕਿਆ ਕੋਟਲਾ ਕਿ ਕੋਤਰਾ? ਕੋਤਰਾ ਕੋਤਰਾ ਕਹਾਂ ਪੜਤਾ ਹੈ ਜੀ? ਮੇਲਕੋਟਲਾ, ਮੇਲਕੋਟਲਾ ਕਹਾਂ? ਮਰੇਲਕੋਟਲਾ ਕਿਆ? ਰਾਜੂਕੋਟਲਾ, ਰਾਜੂਕੋਟਲਾ ਰਾਜਕੋਟਲਾ, ਮਰੇਲਕੋਟਲਾ, 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 ਰਾਜੂਕੋਟਲਾ, ਰਾਜੂਕੋਟਲਾ, ਮਰੇਲਕੋਟਲਾ, ਮਰੇਲਕੋਟਲਾ, ਮਰੇਲਕੋਟਲਾ ਤੇ ਹਾਂ ਭਰਤੀ ਤੁਹਾਡੀ। ਤੁਸੀਂ ਕਹਿ ਰਹੇ ਮੇਲਕੋਟਲੇ ਬਾਰੇ? ਆਪਾਂ ਸਵੇਰੇ ਇਹ ਪੁੱਛਦੇ ਹੁੰਦੇ ਵੀ ਹੁਣ ਵੀ ਰਸਤੇ 'ਚ ਆਪਾਂ ਸੋਚਦੇ ਵੀ ਕਿੱਧਰ ਘਰ, ਜਿੱਧਰ ਨੂੰ ਗੱਡੀ ਜਾਂਦੀ ਹੈ ਕਹਿੰਦੀ ਉੱਧਰ ਨੂੰ ਹੀ ਜਾਣਾ। ਆਪਾਂ ਇੱਧਰ ਵੀ ਟਰਨ ਕੀਤਾ ਜਦੋਂ, ਉਦੋਂ ਵੀ ਕਹਿੰਦੇ ਕਿ ਇੱਧਰ ਨੂੰ ਜਾਂਦੀ, ਇੱਧਰ ਨੂੰ ਜਾਣਾ ਮੈਂ, ਮਤਲਬ ਲਾਸਟ ਤੱਕ ਇਹੀ ਬੋਲਦੀ ਹੈ ਜੀ।
ਜਦੋਂ ਇੱਥੇ ਰੁਕੇ ਆ ਫਿਰ ਕਹਿੰਦੇ ਘਰ ਜਾਣਾ ਮੈਂ ਮੈਂ ਇੱਥੇ ਨਹੀਂ ਰੁਕਣਾ ਮੈਂ ਕਿਹਾ ਤੇਲ ਪਵਾ ਲਈ ਇੱਥੋਂ ਫਿਰ ਚੱਲਦੇ ਹਾਂ ਅੱਗੇ ਪੂਰਾ ਜ਼ੋਰ ਨਹੀਂ ਕਰਨਾ ਮਾਮਾ ਪੂਜਾ ਜਹਾਂ ਪੇ ਕਿਆ ਹੁਆ ਹੈ ਕਿਆ ਹੁਆ ਗਿਰ ਗਈ ਥੀ ਕੈਸੇ ਕਿਸੀ ਨੇ ਗਿਰਾ ਦਿਆ ਥਾ ਆਪਣੇ ਆਪ ਗਿਰ ਗਿਆ ਤੇਰੇ ਕੋ ਬੱਚਾ ਹੋਣੇ ਵਾਲਾ ਹੈ ਕੋਈ ਹੈ ਨਹੀਂ ਪੱਕਾ ਪਤਾ ਹੈ ਨਹੀਂ ਨੌਲੇਜ ਨਹੀਂ ਤੁਸੀਂ ਤੇਰੇ ਕੋ ਕਿਸੀ ਨੇ ਮਾਰਾ ਥਾ ਹੈ ਘਰ ਸੇ ਨਿਕਲਨੇ ਕੇ ਬਾਅਦ ਤੇਰੇ ਕੋ ਕਿਸੀ ਨੇ ਮਾਰਾ ਪੀਟਾ ਤੇਰੇ ਕੋ ਕਿਸੀ ਨੇ ਤੇਰੇ ਕੋ ਕੁਛ ਗਲਤ ਬੋਲਾ ਕਿਸੀ ਨੇ ਜੇ ਤੂੰ ਡਾਕਟਰ ਬਣ ਗਿਆ ਡਾਕਟਰ ਬਣ ਗਿਆ ਜੇ ਡਾਕਟਰ ਬਾਬੂ ਬਣ ਗਿਆ ਤੁਹਾਡਾ ਬੇਟੀ ਤੁਹਾਡੀ ਜੇ ਤੁਹਾਡੇ ਕੱਪੜੇ ਹੈ ਹੈਂ ਜੇ ਤੁਹਾਡੇ ਬੱਚੇ ਕੇ ਕੱਪੜੇ ਹੈ ਇਹ ਪੂਜਾ ਜੇ ਤੁਹਾਡੇ ਕੱਪੜੇ ਹੈ ਸੁੰਦਰ ਕੱਪੜੇ ਹੈ ਕਹਾਂ ਸੇ ਲੀਏ ਥੇ ਇਤਨੇ ਸੁੰਦਰ ਕੱਪੜੇ ਕਿਸਨੇ ਲੈ ਕੇ ਦੀਏ ਥੇ ਮੰਮੀ ਨੇ ਮੰਮੀ ਤੇਰੀ ਬਹੁਤ ਅਮੀਰ ਹੈ ਉਸਕੇ ਬਾਅਦ ਬਹੁਤ ਪੈਸਾ ਹੈ ਮੰਮੀ ਕੇ ਪਾਸ ਹੈ ਤੂੰ ਤਾਂ ਭੀਖ ਮੰਗਤੀ ਹੈ ਤਾਂ ਮੰਮੀ ਇਤਨੇ ਪੈਸੇ ਵਾਲੀ ਹੈ ਹੈਂ ਇਹ ਪੂਜਾ ਮੰਮੀ ਕੇ ਪਾਸ ਇਤਨਾ ਪੈਸਾ ਹੈ ਹਾਂ ਫਿਰ ਜੇ ਇਤਨੇ ਮਹਿੰਗੇ ਕੱਪੜੇ ਮੰਮੀ ਕੈਸੇ ਲੈ ਕੇ ਦਿੱਤੀ ਹੈ ਜੇ ਚਾਦਰ ਕਹਾਂ ਸੇ ਲਈ ਸੀ ਜੇ ਚਾਦਰ ਹੈਂ ਤੁਸੀਂ ਦਿੱਤੀ ਸੀ ਆ ਬੱਚਿਆਂ ਦੇ ਕੱਪੜੇ ਜੇ ਬੱਚੇ ਕੱਪੜੇ ਤੁਹਾਡੇ ਹੈਂ ਜੇ ਕਿਸਕੇ ਹੈ ਜੇ ਤੋ ਬਹਾਦਰ ਕੇ ਨਹੀਂ ਆਏਗੇ ਬਹਾਦਰ ਤੋ ਲੜਕਾ ਹੈ ਜੇ ਤੋ ਲੜਕੀ ਹੈ ਤੋ ਲੜਕੀ ਕੇ ਤੋ ਇਤਨੇ ਛੋਟੇ ਕੱਪੜੇ ਐਸੇ ਕੈਸੇ ਆਏਗੇ ਇਸ ਕੋ ਕਿਸੀ ਨੇ ਦੀਏ ਥੇ ਜੀ ਅਰੇ ਚੂਹਾ ਤੁਹਾਰਾ ਹੈ ਹੈਂ ਅਰੇ ਚੂਹਾ ਹੈ ਤੁਹਾਰਾ ਇਹ ਚੈੱਕ ਕੀਤਾ ਸੀ ਜੇ ਪੰਜੂ ਪਾ ਐਂਡਰਾਇਡ ਫੋਨ ਦਾ ਚਾਰਜਰ ਹੈ ਜੀ ਮੋਬੀਲਾ ਜੇ ਕਿਸਕਾ ਬੈਗ ਹੈ ਤੁਹਾਰਾ ਹੈ ਜੇ ਚਾਰਜਰ ਕਿਸਕਾ ਹੈ ਗੱਲੇ ਮੈਂ ਪਾਇਆ ਕਿਸ ਨੇ ਜੇਲੇ ਆਈ ਕਹਾਂ ਪੜਾ ਥਾ ਐਸੀ ਗਲੀ ਮੈਂ ਗਿਰਾ ਪੜਾ ਥਾ ਤੂੰ ਕਿਉਂ ਉਠਾ ਲਿਆ ਫਿਰ ਜੇਲੇ ਆਈ ਉਠਾ ਕੇ ਮਹਿਕ ਬੈਗ ਲੋਕਲ ਦੇ ਬਣਿਆ ਹੋਇਆ ਨਾ ਕੀ ਲਿਖਿਆ ਵਾ ਡੀਜ਼ਲ ਇਸਮੇ ਸਾਰੇ ਬੱਚੋਂ ਕੇ ਕੱਪੜੇ ਹੈ ਕੋਈ ਤੁਹਾਡੇ ਪਾਸ ਕਾਰਡ ਹੈ ਕਾਰਡ ਹੈ ਤੁਹਾਡਾ ਆਧਾਰ ਕਾਰਡ ਹੈ ਆਧਾਰ ਕਾਰਡ ਬਣਾ ਹੋਇਆ ਤੁਹਾਡਾ ਅਦਾ ਵੀ ਤੁਸੀਂ ਖੋਲ੍ਹ ਕੇ ਦੇਖਿਆ ਨਾ ਸਾਰੇ ਕੱਪੜੇ ਕੁਪੜੇ ਸੁਕਾਏ ਆ ਹੈ ਨਾ ਚੈੱਕ ਕੀਤੇ ਆ ਚੰਗੀ ਚੰਗੀ ਇਕੱਲੀ ਇਕੱਲੀ ਚੀਜ਼ ਚੈੱਕ ਕੀਤੀ ਇਹਨਾਂ ਦੀ ਵੀ ਕਿਸੇ ਪਾਸਿਓਂ ਤਾਂ ਕੋਈ ਕਲੂ ਮਿਲੇ ਹੈ ਨਾ ਕਿਸੇ ਪਾਸਿਓਂ ਤਾਂ ਕੋਈ ਇਸ ਤਰ੍ਹਾਂ ਦਾ ਪੁਆਇੰਟ ਮਿਲ ਜਾਵੇ ਜਿੱਥੋਂ ਪਤਾ ਲੱਗ ਸਕੇ ਵੀ ਇਹ ਕੌਣ ਆ ਹੈ ਨਾ ਹੈ ਇਹ ਟੋਇਲਟ ਨਾਲ ਲਿਬੜਿਆ ਹੋਇਆ ਤੌਲੀਆ ਜੇ ਮਹਿਕ ਕੀ ਗੁੜੀਆ ਹੈ ਮਹਿਕ ਤੁਹਾਡੀ ਗੁੜੀਆ ਹੈ ਜਿਹੜੀ ਆ ਦਵਾਈ ਦਵੂਈ ਤੁਸੀਂ ਲੈ ਕੇ ਦਿੱਤੀ ਹੋਈ ਹੈ ਵੀ ਤੁਸੀਂ ਦਿੱਤਾ ਤੁਸੀਂ ਦਿੱਤਾ ਸੀ ਮੇਰੇ ਭਾਜੀ ਦੋ ਤਿੰਨ ਵਾਰ ਤੇ ਭਾਈ ਹੋਰਾਂ ਨੇ ਬੱਚੇ ਦੀ ਲੈਟਰਿੰਗ ਸਾਫ਼ ਕੀਤੀ ਆ ਧੋ ਕੇ ਫਿਰ ਕੱਪੜੇ ਚੇਂਜ ਕੀਤੇ
ਤੁਹਾਡੀ ਭਾਈ ਸੇਵਾ ਸਫਲ ਹੋਵੇ ਭਰਾਵੋ ਉਹ ਭਾਜੀ ਕਵਰ ਹੀ ਹੈ ਗੱਲ ਫੁੱਲ ਦਾ ਉਹ ਦੇਖੋ ਉਹ ਵੀ ਮੈਂ ਕਹਾਂ ਚੁੱਕਿਆ ਹੋਇਆ ਆ ਸੜਕ ਸੜਕ ਤੋਂ ਹੀ ਮਿਲਿਆ ਉਹ ਕਿੱਦੋਂ ਹਾਂਜੀ ਹਾਂਜੀ ਇਹ ਕਿਸਕਾ ਹੈ ਇਸਕਾ ਹੈ ਕਹਾਂ ਸੇ ਲਿਆ ਥਾ ਮੈਂ ਕਹਾਂ ਸੇ ਲਿਆ ਥਾ ਭਾਈ ਸੇ ਕਹਾਂ ਪੇ ਥਾ ਭਾਈ ਭਾਈ ਕਹਾਂ ਥਾ ਇਹ ਮਹਿਕ ਇਹ ਵੀ ਸਾਰਾ ਚੈੱਕ ਕੀਤਾ ਹੋਇਆ ਨਾ ਕੱਪੜੇ ਦਾ ਟੋਟਲੀ ਇਹਨਾਂ ਨੇ ਚੈੱਕ ਕੀਤੇ ਹੋਇਆ ਜੀ ਹੈ ਨਾ ਪਰ ਤੁਸੀਂ ਜੇ ਸਾਰੇ ਜਿੰਨੇ ਵੀਡੀਓ ਦੇਖ ਰਹੇ ਹੋ ਇਸ ਟਾਈਮ ਕਿੰਨੇ ਮੈਂਬਰ ਦੇਖ ਰਹੇ ਹੈ 500 ਦੇ ਕਰੀਬ ਮੈਂਬਰ ਇਸ ਟਾਈਮ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਇਹ ਨਿੱਕੇ ਨਿੱਕੇ ਬੱਚਿਆਂ ਦੀ ਲਾਈਫ ਦਾ ਸਵਾਲ ਆ ਜੀ ਜੇ ਤੁਸੀਂ ਛੋਟਾ ਜਿਹਾ ਉਪਰਾਲਾ ਕਰੋ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜਿਹੜਾ ਇਹ ਐਡਰੈਸ ਦੱਸਦੀ ਹੈ ਭੈਣ ਕੋਦਰਾ ਜਾਂ ਕੁਛ ਹੋਰ ਹੈ ਨਾ ਉਹਦੇ ਬਾਰੇ ਜੇ ਕੋਈ ਜਾਣਕਾਰੀ ਰੱਖਦਾ ਉਹਦੇ ਬਾਰੇ ਜੇ ਕੋਈ ਪਹਿਚਾਣਦਾ ਇਹਨਾਂ ਬੱਚਿਆਂ ਦੇ ਚਿਹਰਿਆਂ ਨੂੰ ਹੈ ਨਾ ਜਾਂ ਆਪ ਭੈਣੇ ਦੇ ਦੇ ਮੈਨੂੰ ਅਤੇ ਪਲੀਜ਼ ਇਹ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਹੈ ਨਾ ਆ ਦੇਖੋ ਨਿੱਕਾ ਜਿਹਾ ਬੱਚਾ ਇਹਦਾ ਨਾਂ ਬਹਾਦਰ ਦੱਸਦੀ ਹੈ ਨਾ ਭੈਣ ਕੀ ਦੱਸਿਆ ਨੇ ਬਹਾਦਰ ਬਾਦਲ 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 ਦੱਸਦੀ ਹੈ ਨਾ ਕਿਆ ਨਾਮ ਹੈ ਬਾਦਲ ਇਹ ਬਾਦਲ ਸਾਹਿਬ ਦੇ ਡੈਡੀ ਵਾਸਤੇ ਪਲੀਜ਼ ਇਹਦੇ ਪਰਿਵਾਰ ਨੂੰ ਮਿਲਣ ਵਾਸਤੇ ਇਸ ਭੈਣ ਦੇ ਸੁਹਾਗ ਵਾਸਤੇ ਪਲੀਜ਼ ਇੱਕ ਬੇਨਤੀ ਹੈ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਆ ਦੇਖੋ ਨਿੱਕੀ ਜਿਹੀ ਬੱਚੀ ਆ ਮਹਿਕ ਉਹਨੂੰ ਆਪਣੇ ਬਗਾਨੇ ਦਾ ਹਜੇ ਤੱਕ ਕੁਝ ਵੀ ਪਤਾ ਨਹੀਂ ਪਰ ਜਿਹੜੇ ਹਾਲਾਤ 'ਚੋਂ ਸੜਕ 'ਤੇ ਪਈ ਸੀ ਅਤੇ ਕੁਛ ਵੀ ਹੋ ਸਕਦਾ ਸੀ ਇਹ ਕਿਸੇ ਗਲਤ ਬੰਦਿਆਂ ਦੇ ਹੱਥ ਚੜ੍ਹ ਜਾਂਦੇ ਕਿਸੇ ਗਲਤ ਅਨਸਰ ਦੇ ਹੱਥ ਲੱਗ ਜਾਂਦਾ ਹੈ ਪਰਿਵਾਰ ਤਾਂ ਇਹਦੇ ਨਾਲ ਕੀ ਹੋਣਾ ਸੀ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਹਦੇ ਆ ਪੁੱਤ ਮਹਿਕ ਇੱਥੇ ਆ ਇੱਥੇ ਇੱਥੇ ਆ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਇਹ ਰੱਬ ਰੂਪੀ ਬੱਚੇ ਇੱਕ ਬੇਟਾ ਇੱਕ ਬੇਟੀ ਹੈ ਨਾ ਇਹ ਮਹਿਕ ਆ ਮਹਿਕ ਕਿਤਨੇ ਸਾਲ ਕੀ ਹੈ ਕਿਤਨੇ ਸਾਰੇ ਇੱਕੋ ਹੀ ਜਵਾਬ ਹੈ ਇਹਦਾ ਹਰ ਇੱਕ ਵਾਰ ਇੱਦਾਂ ਹੀ ਹੱਥ ਕਿਹੜਾ ਕਰੀ ਜਾਂਦੇ ਪਰ ਇਹ ਹੋਊਗਾ ਹੀ ਤਿੰਨ ਚਾਰ ਚਾਰ ਕੁ ਸਾਲ ਦਾ ਤਾਂ ਹੈਗੀ ਹੈ ਨਾ ਮਹਿਕ ਚਾਰ ਕੁ ਸਾਲ ਦੀ ਮਹਿਕ ਹੈਗੀ ਆ ਚਾਰ ਸਾਲ ਦੀ ਮਹਿਕ ਹੋ ਗਈ ਆ ਅਤੇ ਹਾਂ ਸਾਲ ਦੇ ਵਿੱਚ ਵਿੱਚ ਇਹ ਹੈਗਾ ਹੈ ਨਾ ਅਤੇ ਇਹਨਾਂ ਬੱਚਿਆਂ ਦੇ ਲਈ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਇਹ ਦੀਨਾ ਨਗਰ ਤੋਂ ਵੀਰ ਹੁਣੀ ਲੈ ਕੇ ਆਏ ਨੇ ਗੁਰਦਾਸਪੁਰ ਡਿਸਟ੍ਰਿਕਟ ਤੋਂ ਅਸੀਂ ਲੁਧਿਆਣੇ ਬੈਠੇ ਹਾਂ ਸੁਪਨਿਆਂ ਦੇ ਘਰ ਇੱਥੋਂ 170 ਕਿਲੋਮੀਟਰ ਤੋਂ ਇਹ ਵੀਰ ਆਏ ਨੇ ਵੀਰ ਜੀ ਤੁਹਾਡਾ ਕੀ ਨਾਂ ਰਾਜੀਵ ਕੁਮਾਰ ਤੁਹਾਡਾ ਵੀਰੇ ਰਮਨ ਕੁਮਾਰ ਅਮਨਦੀਪ ਸਿੰਘ ਤੁਹਾਡਾ ਵੀਰੇ ਬਚਿੱਤਰ ਸਿੰਘ ਤੁਹਾਡਾ ਵੀਰ ਜੀ ਹਰਮਨ ਸਿੰਘ ਇਹ ਚਾਰ ਇਹ ਪੰਜੋਂ ਵੀਰ ਇਹ ਫਰਿਸ਼ਤੇ ਵੀਰ ਜਿਹੜੇ ਇਹਨਾਂ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਏ ਨੇ ਇਹਨਾਂ ਫਰਿਸ਼ਤਿਆਂ ਦੀ ਇਹ ਕੀਤੀ ਹੋਈ ਕਾਰਗੁਜ਼ਾਰੀ ਨੂੰ ਆਪਾਂ ਅੱਗੇ ਤਾਂ ਹੀ ਇਹਦੇ ਪਰਿਵਾਰ ਤੱਕ ਪਹੁੰਚਾ ਪਾਵਾਂਗੇ ਜੇ ਤੁਸੀਂ ਸਾਰੇ ਸਾਥ ਦਿਓਗੇ ਸਾਡਾ ਇਹਨਾਂ ਵੀਰਾਂ ਦੀ ਕੀਤੀ ਹੋਈ ਕੋਸ਼ਿਸ਼ ਤਾਂ ਹੀ ਰੰਗ ਲੈ ਕੇ ਆਊਗੀ ਜੇ ਤੁਸੀਂ ਸਾਰੇ ਨਾਲ ਲੱਗ ਕੇ ਸਾਡੇ ਕੋਸ਼ਿਸ਼ ਕਰੋਗੇ ਇਹ ਕੋਈ ਐਡਵਰਟਾਈਜਮੈਂਟ ਵਾਲੀ ਵੀਡੀਓ ਨਹੀਂ ਇਹ ਕੋਈ ਇਹਦੇ ਵਿੱਚ ਕੋਈ ਮਸਾਲਾ ਨਹੀਂ ਹੈਗਾ ਇਹੀ ਜੇ ਕੋਈ ਇੱਦਾਂ ਦੇ ਕੋਈ ਮਸਾਲਿਆਂ ਭਰਪੂਰ ਇਹ ਵੀਡੀਓ ਹੁੰਦੀ ਤਾਂ ਹੁਣ ਤੱਕ ਸਾਡੇ ਪੇਜ ਦੇ ਨਾਲ ਹੀ ਹਜ਼ਾਰਾਂ ਬੰਦੇ ਜੁੜ ਜਾਂਦੇ ਨੇ ਇਹੀ ਕੋਈ ਲੜਾਈ ਝਗੜੇ ਵਾਲੀ ਕੋਈ ਖਤਰਨਾਕ ਇਸ ਤਰ੍ਹਾਂ ਦਾ ਸਮੱਸਿਆ ਵਾਲਾ ਕੇਸ ਹੁੰਦਾ ਤਾਂ ਇੱਕਦਮ ਹੀ ਦੋ ਦੋ ਚਾਰ ਚਾਰ ਹਜ਼ਾਰ ਬੰਦਾ ਜੁੜਦਾ ਵਾ ਇਹ ਇੱਕ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਅਤੇ ਉਹਦੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਅਤੇ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਉਪਰਾਲਾ ਕਰਿਓ ਇਹ ਤਿੰਨ ਜ਼ਿੰਦਗੀਆਂ ਵਾਸਤੇ ਤੁਹਾਡੇ ਸ਼ੇਅਰ ਦਾ ਇੱਕ ਬਟਨ ਜਿਹੜਾ ਦੱਬਿਆ ਉਹ ਤਿੰਨ ਜ਼ਿੰਦਗੀਆਂ ਨੂੰ ਤਾਂ ਅਸਰ ਸਿੱਧਾ ਸਿੱਧੇ ਰੂਪ ਦੇ ਵਿੱਚ ਕਰੂਗਾ ਉਹਨਾਂ ਦੀ ਜ਼ਿੰਦਗੀਆਂ 'ਤੇ ਅਸਰ ਪਰ ਇਹਦੇ ਪਿੱਛੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਹੋਣਗੀਆਂ ਜਿਵੇਂ ਭੈਣ ਦੱਸਦੀ ਇਹਦੀ ਬੇਟੀ ਇੱਕ ਕਿਆ ਨਾਮ ਹੈ ਦੀਆ ਦੀਆ ਇੱਕ ਇਹਦੀ ਬੇਟੀ ਹੋਰ ਅਸ਼ਰ ਘਰ 'ਚ ਦੀਆ ਹੈ ਨਾ ਉਰੇ ਆ ਇੱਥੇ 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 ਆ ਜਾ ਇੱਥੇ ਆ ਜਾ ਉਹ ਉਰੇ ਆ ਜਾ ਉਰੇ ਆ ਜਾ ਮਹਿਕ ਉਰੇ ਆ ਜਾ ਅਤੇ ਇਹ ਮਹਿਕ ਦੀਆ ਇਹ ਬਾਦਲ ਇਹ ਪੂਜਾ ਭੈਣ ਸੋਨੂੰ ਇਹਦੇ ਹਸਬੈਂਡ ਦੀ ਨਾਂ ਲੈਂਦੀ ਜਿਹੜਾ ਮੰਮੀਲਾ ਆਪਣੀ ਮਾਂ ਦਾ ਨਾਂ ਲੈਂਦੀ ਆ ਇਹ ਸਾਰਾ ਪਰਿਵਾਰ ਇਕੱਠਾ ਹੋ ਸਕੇ ਬਸ ਇਹ ਸਾਡੀ ਵਾਰ ਵਾਰ ਇੱਕੋ ਹੀ ਅਪੀਲ ਆ ਅਤੇ ਵੀਰੇ ਜਦੋਂ ਤੁਸੀਂ ਉੱਥੇ ਯਾਨੀ ਕਿ ਦੇਖਿਆ ਤੁਸੀਂ ਦੱਸਦੇ ਵੀ ਉੱਥੋਂ ਫਿਰ ਤੁਸੀਂ ਚੱਕ ਕੇ ਕਿੱਥੇ ਲੈ ਗਏ
ਵੀਰ ਜੀ ਇਹ ਜਿੱਦਾਂ ਦੱਸਦੀ ਕਿ ਮੈਂ ਇੱਧਰ ਨੂੰ ਜਾਣਾ ਜੀ ਕਮਾਈ ਗਏ ਹਾਂਜੀ ਆਪਾਂ ਰਾਤ 1 ਵਜੇ ਤੱਕ ਟੋਟਲੀ ਜਿੰਨੀਆਂ ਕੁ ਝੁੱਗੀਆਂ ਸੀ ਨਾ ਜਿੰਨੇ ਜਿੱਥੇ ਵੀ ਸਾਡੀ ਪਹੁੰਚ ਪਈ ਆਪਾਂ ਸਾਰੇ ਇਹਨੂੰ ਘੁਮਾਏ ਉੱਤੇ ਗੁਰਦਾਸਪੁਰ ਏਰੀਏ 'ਚ ਪਠਾਨਕੋਟ ਸੋਰੀ ਮੈਂ ਗੁਰਦਾਸਪੁਰ ਗਈ ਜਾਂਦਾ ਪਠਾਨਕੋਟ ਜੀ ਇਸ਼ਾਰੇ ਉੱਧਰ ਦੇ ਉੱਧਰ ਦੇ ਇਸ਼ਾਰੇ ਕਰਦੇ ਪਰ ਇਹਦੀ ਕੋਈ ਜਾਣਦਾ ਨਹੀਂ ਹੈਗਾ ਤੁਹਾਨੂੰ ਅਤੇ ਰਾਤ 1 ਵਜੇ ਆਪਾਂ ਫਿਰ ਦੀਨਾ ਨਾਲ ਥਾਣੇ ਆਏ ਉੱਥੇ ਮੈਂ ਪਲਾਹ ਦਿੱਤੀ ਕਿ ਇੱਦਾਂ ਗੱਲ ਆ ਉਹ ਕਹਿੰਦੇ ਵੀ ਸਾਡੇ ਕੋਲ ਲੇਡੀਜ਼ ਪੁੱਛ ਰਹੀਆਂ ਇਸ ਟਾਈਮ ਕਿ ਤੁਸੀਂ ਇਹਨੂੰ ਦੇਖ ਲਓ ਆਪਣੇ ਹਿਸਾਬ ਨਾਲ ਅਤੇ ਫਿਰ ਆਪਾਂ ਸਾਡੇ ਨਜ਼ਦੀਕ ਸਿਵਲ ਹਸਪਤਾਲ ਪੈਂਦਾ ਫਿਰ ਉੱਥੇ ਭੈਣ ਨੂੰ ਰਾਤ ਨੂੰ ਸਿਵਲ ਹਸਪਤਾਲ ਦੇ ਵਿੱਚ ਬੈ ਉੱਥੇ ਦਾਖਲ ਕਰਾਤਾ ਜਾਣੇ ਕਿ ਟੈਂਪਰੇਰੀ ਉੱਥੇ ਪਾ ਲਿਆ ਜਾਣੇ ਹਾਂ ਫਿਰ ਮਤਲਬ ਵੀਰੇ ਉਸ ਤੋਂ ਬਾਅਦ ਦਿਨੇ ਦਿਨੇ ਸਵੇਰ ਤੋਂ ਲੈ ਕੇ ਮੈਂ ਸਵੇਰੇ 6 ਵਜੇ ਗਿਆ ਚਾਹ ਲੈ ਗਈ ਲਾਗੇ ਬੈਠੇ ਉਦੋਂ ਤੱਕ ਕਿਉਂਕਿ ਉੱਥੇ ਨਾ ਅਮਲੀ ਆਉਂਦੇ ਜੀ ਜਿੱਦਾਂ ਗੋਲੀਆਂ ਗਾਲੀਆਂ ਲੈਣ ਗੋਲੀਆਂ ਲੈਣ ਆਉਂਦਾ ਜੀ ਅਤੇ ਮੈਂ ਫਿਰ 1 ਵਜੇ ਤੱਕ ਭੈਣ ਦੇ ਬਿਲਕੁਲ ਲੱਗ ਗਿਆ ਸਵੇਰ ਤੋਂ ਫਿਰ ਉਸ ਤੋਂ ਬਾਅਦ ਤੁਹਾਡਾ ਸਾਡੇ ਨਾਲ ਸੰਪਰਕ ਹੋਇਆ ਫਿਰ ਹੁਣ ਤੁਸੀਂ ਸਿੱਧਾ ਉੱਥੋਂ ਹਸਪੀਟਲ ਤੋਂ ਹੀ ਲੈ ਕੇ ਆਏ ਹੋ ਇੱਥੇ ਸੰਪਰਕ ਹੋਇਆ ਜੀ ਹਾਂਜੀ ਰੱਬ ਦੇ ਘਰ ਫਿਰ ਆਪਾਂ ਨਹੀਂ ਚਲੋ ਉਹ ਤਾਂ ਵਾਹਿਗੁਰੂ ਮਿਹਰ ਕਰਨ ਫਿਰ ਤੁਸੀਂ ਹੁਣ ਸਿੱਧਾ ਹਸਪੀਟਲ ਤੋਂ ਹੀ ਲੈ ਕੇ ਆਏ ਹੋ ਠੀਕ ਹੈ ਤੁਸੀਂ ਇਤਲਾਹ ਕਰਕੇ ਇਤਲਾਹ ਕਰਕੇ ਲੈ ਕੇ ਫਿਰ ਆਏ ਆ ਅੱਛਾ ਥਾਣੇ ਤੋਂ ਲਿਖਾ ਲੈਂਦਾ ਤੁਸੀਂ ਫਿਰ ਤੁਹਾਡੇ ਕੋਲ ਆਏ ਪੂਜਾ ਤੁਹਾਰੇ ਕੁਛ ਹੱਥ ਪੇ ਨਿਸ਼ਾਨੀ ਹੈ ਕੁਛ ਹੱਥ ਪੈਰ ਪੇ ਕੁਛ ਇੱਧਰ ਦਿਖਾਓ ਐਸੇ ਕਰੋ ਹੱਥ ਕੁਛ ਐਸੇ ਕੁਛ ਨਹੀਂ ਹੈ ਨਿਸ਼ਾਨੀ ਕੋਈ ਸੱਟ ਦਾ ਨਿਸ਼ਾਨ ਹੋਵੇ ਕੋਈ ਜਾਂ ਕਿਵੇਂ ਹੈ ਨਾ ਆਹ ਫੜਿਓ ਵੀਰੇ ਇਹਨੂੰ ਮਾੜਾ ਜਿਹਾ ਆਪਾਂ ਦੇਖੀਏ ਭੈਣੇ ਆਇਓ ਮਾੜਾ ਜਿਹਾ ਪਿੱਛੇ ਇੱਧਰ ਇਹਨਾਂ ਦੇਖਿਓ ਮਾੜਾ ਜਿਹਾ ਕੋਈ ਸਿਰ 'ਚ ਕੋਈ ਨਿਸ਼ਾਨ ਸੱਟ ਸੁੱਟਦਾ ਜਾਂ ਕੁਛ ਹੋਰ ਮਾੜਾ ਬਾਲ ਥੱਲੇ ਨੂੰ ਕਰਕੇ ਨਾ ਦੇਖਿਓ ਕੀ ਆ ਇਸ਼ਨਾਨ ਕੀਤੇ ਨੂੰ ਵੀ ਬਹੁਤ ਦਿਨ ਲੱਗਦਾ ਨਾ ਬਾਲ ਬੂਲ ਜਟਾਂ ਹੀ ਬਣੀਆਂ ਪਈਆਂ ਕੋਈ ਸੱਟ ਸੁੱਟਾਂ ਨਹੀਂ ਲੱਗੀ ਹੋਈ ਅਤੇ ਚਲੋ ਇਹਨਾਂ ਬਚਿੱਤਰ ਸਿੰਘ ਵੀਰ ਹੋਣਾ ਦੀ ਸਾਰਿਆਂ ਦੀ ਮਿਹਨਤ ਆ ਜਿਹੜੀ ਉਹ ਸਫਲੀ ਹੋਵੇ ਬਸ ਇਹੀ ਸਾਡੀ ਵਾਹਿਗੁਰੂ ਅੱਗੇ ਅਰਦਾਸ ਆ ਸੱਚੇ ਪਾਤਸ਼ਾਹ ਮਿਹਰ ਕਰਿਓ ਸਾਨੂੰ ਸਾਰਿਆਂ ਨੂੰ ਇੰਨੀ ਕੁ ਸਮੱਤ ਬੁੱਧੀ ਬਖਸ਼ਿਓ ਵੀ ਅਸੀਂ ਸਾਡੀ ਇਸ ਛੋਟੀ ਭੈਣ ਦਾ ਸਾਥ ਦੇ ਸਕੀਏ ਅਸੀਂ ਇਸ ਸਾਡੀ ਵਕਤ ਦੀ ਮਾਰੀ ਹੋਈ ਭੈਣ ਨੂੰ ਇਹਦੇ ਪਰਿਵਾਰ ਨਾਲ ਮਿਲਾ ਸਕੀਏ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਹਜੇ ਪਤਾ ਹੀ ਨਹੀਂ ਗਾ ਵੀ ਇਹਨਾਂ ਦੇ ਆਪਣੇ ਕੌਣ ਆ ਪਰਾਏ ਕੌਣ ਆ ਇਹ ਆਪਣਿਆਂ ਦੇ ਕੋਲ ਪਹੁੰਚ ਸਕਣ ਜਾਂ ਤਾਂ ਇਹ ਰਸਤਾ ਭੁੱਲ ਗਈ ਭੈਣ ਦੱਸਦੀ ਹੈ ਜਿਵੇਂ ਵੀ ਮੰਗਣ ਦਾ ਕੰਮ ਕਰਦੀ ਹੈ ਭੀਖਦਾ ਹੈ ਨਾ ਕਿ ਟ੍ਰੇਨ ਟਰੂਨ ਚੜ੍ਹੀ ਜਾਂ ਬੱਸ ਚੜ੍ਹੀ ਕਿਤੇ ਗਾਂਹ ਪਿਛਾਂ ਉੱਤਰ ਗਈ ਹੈ ਨਾ ਕਿਤੇ ਮੈਨੂੰ ਪੁੱਛੇ ਕਿਰਾਇਆ ਕਿੰਨਾ ਲੱਗਾ ਉਹ ਵੀ ਨਹੀਂ ਪਤਾ ਕਿੰਨਾ ਲੱਗਾ ਉਹ ਵੀ ਨਹੀਂ ਪਤਾ ਭਾਜੀ ਤੇ ਥੋੜਾ ਸਾਨੂੰ ਕੀ ਕਲੂ ਮਿਲ ਸਕੇ ਕਿ ਕਿੰਨਾ ਟਾਈਮ ਟਰੈਵਲ ਕੀਤਾ ਇਹਨੇ ਬੱਸ ਤੇ ਕੀਤਾ ਇੰਨਾ ਕਹਿੰਦੀ ਬੱਸ ਤੇ ਕੀਤਾ ਪਰ ਇੰਨਾ ਨਹੀਂ ਪਤਾ ਟਾਈਮ ਕਿੰਨਾ ਚਿਰ ਟਰੈਵਲ ਕੀਤਾ ਫਿਰ ਉਹ ਵੀ ਹਿਸਾਬ ਲਾਣਾ ਕਿ ਬੱਸ ਤਾਂ ਦੇਖੋ ਕਿਰਾਏ ਤੋਂ ਬਿਨਾਂ ਚੜ੍ਹਨੇ ਨਹੀਂ ਦਿੰਦੇ ਉਹੀ ਆਪਾਂ ਆਪਦੇ ਬੋਲੀ ਕਿ ਇੰਨਾ ਸਮਾਨ ਜੇ ਭੈਣ ਨੇ ਲਿਆ ਹੋਇਆ ਆਏਗਾ ਤਾਂ ਉਹਨਾਂ ਨੇ ਚੜ੍ਹਨੇ ਨਹੀਂ ਹੁੰਦਾ ਇਹਦਾ ਟ੍ਰੇਨ ਟਰੂਨ 'ਚ ਜਾਂ ਤਾਂ ਇਹ ਆਪ ਛੱਡਤਾ ਕਿਸੇ ਨੇ ਇਹਨੂੰ ਪਹੁੰਚਦਾ ਕੀਤਾ ਗਿਆ ਹਾਂ ਅਤੇ ਕਿਉਂਕਿ ਉੱਥੇ ਸਟੇਸ਼ਨ ਸੀ ਕੋਈ ਨੇੜੇ ਤੇੜੇ ਤੁਹਾਡੇ ਜਿੱਥੇ ਪਈ ਸੀ ਪਿੰਡ ਥੋੜ੍ਹਾ ਇਹ ਪਠਾਨਕੋਟ ਜ਼ਿਲ੍ਹਾ ਪੈਂਦਾ ਹੈ ਨਾ ਜਦੋਂ ਵੀਰੇ ਮੰਨ ਲਓ ਇਹ ਪਠਾਨਕੋਟ ਤੋਂ ਕਿੰਨਾ ਕੁ ਦੂਰ ਪੈਂਦਾ ਦੀਦਾ ਨਗਰ ਪਠਾਨਕੋਟ ਤੋਂ 25-26 ਕਿਲੋਮੀਟਰ ਠੀਕ ਆ ਅਤੇ ਜਿਹੜਾ ਦੀਨਾ ਨਗਰ ਆ ਉਹ ਵੀ ਇੱਕ ਮੇਨ ਸਟੇਸ਼ਨ ਆ ਉੱਥੇ ਰੇਲਵੇ ਸਿਟੀ ਵੀ ਟ੍ਰੇਨ ਵੀ ਰੁਕਦੀ ਹੈ ਟ੍ਰੇਨ ਉਹ ਕਿੱਥੋਂ ਸਿੱਧੀ ਆਉਂਦੀ ਹੈ ਕਿਹੜੀਆਂ ਟ੍ਰੇਨ ਅੰਮ੍ਰਿਤਸਰ ਦਿੱਲੀ ਜਿਹੜੀ ਜੰਮੂ ਨੂੰ ਜਾਂਦੀ ਹੈ ਉਹ ਦੀਨਾ ਨਗਰ ਦੇ ਵਿੱਚ ਦੀ ਹੋ ਕੇ ਜਾਂਦੀ ਹੈ ਬੱਸ ਨੇ ਵੀ ਉੱਧਰ ਨੂੰ ਜਾਣਾ ਜੀ ਬੱਸ ਵੀ ਜੇ ਅੰਮ੍ਰਿਤਸਰ ਜਾਣਾ ਜਾਂ ਕੋਈ ਵੀ ਜਲੰਧਰ ਜਾਂਦੀ ਆ ਦੀਨਾ ਨਗਰ ਹੀ ਜਾਣਾ ਜੇ ਪਠਾਨਕੋਟ ਵੀ ਜਾਊਗੀ ਜੰਮੂ ਵੀ ਜਾਏਗੀ ਦੀਨਾ ਨਗਰ ਉਹਨੂੰ ਰੁਕਣਾ ਹੀ ਪੈਣਾ ਰੁਕਣਾ ਹੀ ਪੈਣਾ ਹਾਂਜੀ ਹਾਂਜੀ ਅਤੇ ਹੁਣ ਇਹ ਬੱਚੀ ਦੀਨਾ ਨਗਰ ਤੋਂ ਆਈ ਆ ਦੀਨਾ ਨਗਰ ਦੇ ਏਰੀਏ ਦੇ ਨੇੜੇ ਤੇੜੇ ਦੇ ਏਰੀਏ ਹੈ ਨਾ ਜਿਹੜੇ ਉੱਥੇ ਵੀ ਵੀਰੇ ਉਹਨਾਂ ਨੇ ਆਪਣੇ ਵੱਲੋਂ ਬੜਾ ਉਪਰਾਲਾ ਕੀਤਾ 2 ਦਿਨ ਤੋਂ ਹੈ ਨਾ ਅਤੇ ਤੁਸੀਂ ਵੀ ਕੋਸ਼ਿਸ਼ ਕਰਿਓ ਉੱਥੇ ਵੀ ਜ਼ਰੂਰ ਕਈ ਵਾਰੀ ਦੀਵੇ ਥੱਲੇ ਹਨੇਰਾ ਹੁੰਦਾ ਕਈ ਵਾਰੀ ਉੱਥੇ ਆਸ ਪਾਸ ਕਿਉਂਕਿ ਪਰਦੇਸੀ ਬੰਦੇ
ज़्यादा फोन वगैरह या सोशल मीडिया नहीं यूज करते, पर तुसीं अपनी अखां दे नाल इस चीज़ का जरूर ख्याल रखियो भी तुहाडे एरिए दे विच तुसीं कदे इहनूं देखिया होवे, किसी ने इहनूं बस दे विच देखिया होवे, जां किसी ट्रेन च जां रेलवे स्टेशन ते जां बस स्टैंड दे उपर इन्हां निक्के निक्के बच्चियां दे नाल घूमदी हुई इस गरीब इस वक्त की मारी हुई साड़ी छोटी भैन दे बारे च जरूर कोई ना कोई उपराला करियो। वाहिगुरू जी का खालसा, वाहिगुरू जी की फतेह। थोड़ा बहुत धन्यवाद है भाई, बहुत ज़्यादा धन्यवाद है। अपने नंबर दिखा नहीं पता, जो कोई कॉल करूँगा तो फिर उत्तर कर लेना, बहुत लिखे दिखा दो।